ਕਿ ਸਤਿਗੁਰ ਦਾ ਫਿਕਰ ਤੇ ਸਤਿਗੁਰ ਦਾ ਜ਼ਿਕਰ ਸਭ ਤੋਂ ਉੱਤਮ ਸਿਮਰਨ ਕਰਦੇ ਆ। ਫਿਰ ਉਸਦਾ ਜ਼ਿਕਰ ਸਾਡੇ ਅੰਦਰ ਹੀ ਬੇਸ਼ੱਕ ਉਹ ਜ਼ਿਕਰ ਚੱਲ ਰਿਹਾ ਹੋਵੇ ਤਾਂ ਉਹ ਸਭ ਤੋਂ ਉੱਤਮ ਸਿਮਰਨ ਕਿਹਾ ਮਸਤਾਨਾ ਜੀ ਮਹਾਰਾਜ ਨੇ। ਤਾਂ ਇਹਦਾ ਮਤਲਬ ਸਾਫ ਹੈ ਕਿ ਸਿਮਰਨ ਦੀਆਂ ਸਾਡੇ ਸਾਹਮਣੇ ਉਹਨਾਂ ਨੇ ਕਿਸਮਾਂ ਰੱਖਤੀਆਂ ਤੇ ਸਭ ਤੋਂ ਉੱਤਮ ਸਿਮਰਨ ਉਹਨਾਂ ਨੇ ਸਤਿਗੁਰ ਦੇ ਫਿਕਰ ਤੇ ਜ਼ਿਕਰ ਨੂੰ ਹੀ ਕਿਹਾ। ਗੁਰੂ ਪਿਤਾ ਜੀ ਅਕਸਰ ਹੀ ਵਚਨ ਕਰਿਆ ਕਰਦੇ ਸੀ ਵੀ ਬੇਟਾ ਦੋ ਤੋਂ ਪੰਜ ਆਪਾਂ ਜਿਹੜਾ ਬ੍ਰਹਮ ਮੁਹੂਰਤ ਦੇ ਸਮੇਂ ਸਿਮਰਨ ਕਰਦੇ ਹਾਂ ਉਹ ਇੱਕ ਨੰਬਰ ਅਵਲ ਦਰਜੇ ਦੀ ਭਗਤੀ ਮੰਨੀ ਗਈ ਹੈ। ਉਹ ਕਿਉਂਕਿ ਮਸਤਾਨਾ ਜੀ ਮਹਾਰਾਜ ਨੇ ਵੀ ਗ੍ਰੰਥ ਦੇ ਵਿੱਚ ਲਿਖਿਆ ਕਿ ਦੋ ਤੋਂ ਪੰਜ ਦੇ ਸਮੇਂ ਪਰਮ ਪਿਤਾ ਪਰਮਾਤਮਾ ਕਸਤੂਰੀ ਵੰਡਦੇ ਹੈ ਤੇ ਜੋ ਦੋ ਤੋਂ ਪੰਜ ਸਿਮਰਨ ਕਰਦੇ ਆ ਉਹਨਾਂ ਨੂੰ ਅਗਰ ਇੱਕ ਮਨ ਚਿੱਤ ਹੋ ਕੇ ਸਮਾਧੀ ਚ ਬੈਠ ਕੇ ਕੋਈ ਸਿਮਰਨ ਕਰਦਾ ਤਾਂ ਉਹਦਾ ਦਸਵਾਂ ਦਵਾਰ ਵੀ ਖੁੱਲਦਾ ਹੈ, ਉਹਨਾਂ ਨੂੰ ਪਰਮ ਪਿਤਾ ਪਰਮਾਤਮਾ ਦੇ ਦਰਸ਼ਨ ਵੀ ਹੁੰਦੇ ਆ। ਗੁਰੂ ਪਿਤਾ ਜੀ ਦੂਸਰਾ ਕਹਿੰਦੇ ਹੁੰਦੇ ਸੀ ਬੇਟਾ ਸੂਰਜ ਚੜ੍ਹਨ ਤੋਂ ਪਹਿਲਾਂ ਜੇ ਆਪਾਂ ਸਿਮਰਨ ਕਰਦੇ ਹਾਂ ਤਾਂ ਉਹ ਦੋ ਨੰਬਰ ਦੀ ਭਗਤੀ ਹੈ ਤੇ ਜੇ ਸੂਰਜ ਚੜ੍ਹਨ ਤੋਂ ਬਾਅਦ ਆਪਾਂ ਚੱਲਦੇ ਫਿਰਦੇ ਬੈਠ ਕੇ ਜਾਂ ਜੋ ਵੀ ਸਿਮਰਨ ਕਰਦੇ ਹਾਂ ਇਹ ਤੀਜੇ ਦਰਜੇ ਦੀ ਭਗਤੀ ਆ ਜਾਂਦੀ ਹੈ। ਪਰ ਗੁਰੂ ਦਾ ਫਿਕਰ ਤੇ ਜ਼ਿਕਰ ਜੋ ਹਰ ਰੋਜ਼ ਫੇਥ ਵਰਸਿਜ਼ ਵਰਡਿਕਟ ਦੀ ਟੀਮ ਕਰ ਰਹੀ ਹੈ, ਲਗਾਤਾਰ ਕਰ ਰਹੀ ਹੈ, ਇਸ ਨੂੰ ਹੀ ਮਸਤਾਨਾ ਜੀ ਮਹਾਰਾਜ ਨੇ ਸਭ ਤੋਂ ਉੱਤਮ ਸਿਮਰਨ ਦਾ ਦਰਜਾ ਕਿਉਂ ਦਿੱਤਾ। ਇਹਦੇ ਸਾਨੂੰ ਕਈ ਕਾਰਨ ਹੈ ਜਿਹੜੇ ਸਮਝਣੇ ਪੈਣਗੇ। ਇਸ ਦਾ ਪਹਿਲਾ ਕਾਰਨ ਤਾਂ ਇਹ ਹੈ ਕਿ ਜਦੋਂ ਅਸੀਂ ਆਪਣੇ ਗੁਰੂ ਪਿਤਾ ਜੀ ਦਾ ਸਿਮਰਨ ਮਤਲਬ ਕਿ ਉਹਨਾਂ ਦੀ ਯਾਦ ਕਰਦੇ ਹਾਂ, ਉਹਨਾਂ ਦੀ ਚਿੰਤਾ ਕਰਦੇ ਹਾਂ, ਉਹਨਾਂ ਦਾ ਫਿਕਰ ਕਰਦੇ ਹਾਂ, ਫਿਰ ਉਹਨਾਂ ਦਾ ਅੰਦਰ ਜ਼ਿਕਰ ਚੱਲਦਾ ਹੈ ਜਾਂ ਅਸੀਂ ਕਿਸੇ ਨਾਲ ਮਤਲਬ ਜ਼ਿਕਰ ਕਰਦੇ ਹਾਂ ਫਿਕਰ ਕਰਕੇ ਸਤਿਗੁਰ ਦਾ, ਤਾਂ ਉਦੋਂ ਸਾਡਾ ਕੋਈ ਸਵਾਰਥ ਨਹੀਂ ਹੁੰਦਾ। ਪਰ ਜਦੋਂ ਅਸੀਂ ਚਾਹੇ ਬ੍ਰਹਮ ਮੁਹੂਰਤ 'ਚ ਉੱਠ ਕੇ ਸਿਮਰਨ ਕਰੀਏ, ਚਾਹੇ ਅਸੀਂ ਸੂਰਜ ਚੜ੍ਹਨ ਤੋਂ ਪਹਿਲਾਂ ਕਰੀਏ ਜਾਂ ਬਾਅਦ 'ਚ ਕਰੀਏ, ਚੱਲਦੇ ਫਿਰਦੇ ਕਰੀਏ, ਉਹ ਅਸੀਂ ਆਪਣੀ ਆਤਮਾ ਲਈ ਸਿਮਰਨ ਕਰਦੇ ਹਾਂ, ਉਹ 'ਚ ਸਾਡਾ ਕੋਈ ਨਾ ਕੋਈ ਨਿੱਜੀ ਸਵਾਰਥ ਹੁੰਦਾ। ਪਰ ਜਦੋਂ ਅਸੀਂ ਸਤਿਗੁਰ ਦਾ ਫਿਕਰ ਤੇ ਜ਼ਿਕਰ ਕਰਦੇ ਹਾਂ ਉਦੋਂ ਸਿਰਫ ਤੇ ਸਿਰਫ ਅਸੀਂ ਸਤਿਗੁਰ ਦੇ ਹੀ ਹੁੰਦੇ ਹਾਂ। ਜਦੋਂ ਸਾਡਾ ਸਤਿਗੁਰ ਨਾਲ ਇਸ਼ਕ ਬਹੁਤ ਮਤਲਬ ਕਿ ਇਸ਼ਕ ਸਾਨੂੰ ਇਸ ਤਰ੍ਹਾਂ ਦਾ ਗੁਰੂ ਨਾਲ ਇਸ਼ਕ ਹੋ ਜਾਂਦਾ ਕਿ ਬਿਨਾਂ ਗੁਰੂ ਤੋਂ ਸਾਨੂੰ ਕੋਈ ਚੀਜ਼ ਚੰਗੀ ਨਹੀਂ ਲੱਗਦੀ, ਸਾਨੂੰ ਇਹ ਹੁੰਦਾ ਵੀ ਅਸੀਂ ਸਿਰਫ ਤੇ ਸਿਰਫ ਜਦੋਂ ਸਾਡੇ ਅੰਦਰ ਆਪਣੇ ਗੁਰੂ ਦਾ ਫਿਕਰ ਲੱਗ ਜਾਂਦਾ, ਸਾਨੂੰ ਚਿੰਤਾ ਲੱਗ ਜਾਂਦੀ ਹੈ। ਕਈ ਵਾਰੀ ਤੁਸੀਂ ਦੇਖਿਆ ਹੋਊਗਾ ਵੀ ਜੇ ਇਕੱਲੇ ਬੈਠੇ ਆ ਅੰਦਰ ਬੈਠੇ ਤੁਹਾਡੇ ਅਚਾਨਕ ਗੁਰੂ ਪਿਤਾ ਜੀ ਦੀ ਚਿੰਤਾ ਸ਼ੁਰੂ ਹੋ ਗਈ, ਗੁਰੂ ਪਿਤਾ ਜੀ ਹੁਣ ਕਿਸ ਹਾਲ 'ਚ ਹੋਣਗੇ, ਕਿਵੇਂ ਹੋਣਗੇ, ਕਿੱਥੇ ਰਹਿ ਰਹੇ ਹੋਣਗੇ, ਕਿਵੇਂ ਉਹ ਖਾਂਦੇ ਹੋਣਗੇ, ਜਦੋਂ ਇਸ ਤਰ੍ਹਾਂ ਦੀ ਚਿੰਤਾ ਸਾਡੇ ਦਿਮਾਗ ਦੇ ਵਿੱਚ ਚੱਲਦੀ ਹੈ ਤਾਂ ਫਿਰ ਸਾਡੇ ਅੰਦਰ ਆਪਣੇ ਆਪ ਹੀ ਗੁਰੂ ਦਾ ਹੀ ਜ਼ਿਕਰ ਚੱਲਦਾ ਹੈ, ਗੁਰੂ ਦਾ ਹੀ ਵਾਰ ਵਾਰ ਜ਼ਿਕਰ ਚੱਲਦਾ। ਹੋਰ ਸਾਡਾ ਉਸ ਵੇਲੇ ਦਿਮਾਗ ਦੇ ਵਿੱਚ ਨਾ ਤਾਂ ਕੋਈ ਸਾਡਾ ਘਰ ਪਰਿਵਾਰ ਹੁੰਦਾ, ਨਾ ਬੱਚੇ ਹੁੰਦੇ ਆ, ਨਾ ਸਾਡਾ ਕੋਈ ਹੋਰ ਉਸ ਵੇਲੇ ਮਨੋਰਥ ਹੁੰਦਾ। ਸਿਰਫ ਤੇ ਸਿਰਫ ਸਾਡੀ ਤਾਰ ਆਪਦੇ ਗੁਰੂ ਪਿਤਾ ਜੀ ਨਾਲ ਜੁੜੀ ਹੁੰਦੀ ਹੈ, ਸਤਿਗੁਰ ਨਾਲ ਜੁੜੀ ਹੁੰਦੀ ਹੈ, ਤੇ ਸਤਿਗੁਰ ਨਾਲ ਜਦੋਂ ਇੰਨੀ ਜ਼ਬਰਦਸਤ ਤਾਰ ਜੁੜਦੀ ਹੈ ਤਾਂ ਆਪ ਮੁਹਾਰੇ ਸਾਡੀ ਅੱਖਾਂ ਦੇ ਵਿੱਚੋਂ ਹੰਝੂ ਆਉਣ ਲੱਗ ਜਾਂਦੇ ਆ। ਜਦੋਂ ਸਾਨੂੰ ਬਹੁਤ ਜ਼ਿਆਦਾ ਚਿੰਤਾ ਆਪਣੇ ਗੁਰੂ ਪਿਤਾ ਜੀ ਦੀ ਹੋ ਜਾਂਦੀ ਹੈ ਤਾਂ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ, ਸਾਨੂੰ ਖੁਦ ਨਹੀਂ ਪਤਾ ਲੱਗਦਾ, ਆਪਣੇ ਆਪ ਸਾਡੀਆਂ ਅੱਖਾਂ ਦੇ ਵਿੱਚੋਂ ਹੰਝੂ ਵਗਣ ਲੱਗ ਜਾਂਦੇ ਹੈ। ਫਿਰ ਉਹ ਹੰਝੂ ਐਸੇ ਵਗਦੇ ਹੈ ਕਿ ਸਾਡੇ ਗੁਰੂ ਦੀ ਯਾਦ ਦੇ ਵਿੱਚ ਅਸੀਂ ਤੜਫਣ ਲੱਗ ਜਾਂਦੇ ਹਾਂ, ਤੇ ਫਿਰ ਜਿਹੜੀ ਉਹ ਗੁਰੂ ਦੀ ਯਾਦ ਦੀ ਤੜਫ ਹੈ ਤਾਂ ਫਿਰ ਉਹ ਭਗਤੀ ਦੀ ਚਰਮ ਸੀਮਾ ਤੱਕ ਪਹੁੰਚ ਜਾਂਦੀ ਹੈ। ਤੇ ਗੁਰੂ ਪਿਤਾ ਜੀ ਇਹ ਵੀ ਵਚਨ ਕਰਿਆ ਕਰਦੇ ਹੁੰਦੇ ਸੀ ਕਿ ਜਿਹੜੀ ਖੁਸ਼ਕ ਬੰਦਗੀ ਹੈ, ਖੁਸ਼ਕ ਇਬਾਦਤ ਹੈ, ਉਹ ਓਨਾ ਅਸਰ ਨਹੀਂ ਕਰਦੀ। ਜੋ ਅਸੀਂ ਸੁਬਾਹ ਉੱਠ ਕੇ ਸਿਮਰਨ ਕਰਦੇ ਹਾਂ ਜਾਂ ਸ਼ਾਮ ਨੂੰ ਸਿਮਰਨ ਕਰ ਲੈਂਦੇ ਹਾਂ, ਖੁਸ਼ਕ ਇਬਾਦਤ ਹੈ, ਇਹ ਖੁਸ਼ਕ ਇਬਾਦਤ, ਖੁਸ਼ਕ ਬੰਦਗੀ ਓਨਾ ਅਸਰ ਨਹੀਂ ਕਰਦੀ ਜਿੰਨਾ ਅਸਰ ਪਿਤਾ ਜੀ ਕਹਿੰਦੇ ਹੁੰਦੇ ਸੀ ਬੇਟਾ ਤਰ ਵਾਲੀ ਭਗਤੀ, ਮਤਲਬ ਅੱਖਾਂ ਦੇ ਵਿੱਚੋਂ ਹੰਝੂ ਵਹਾ ਵਹਾ ਕੇ ਤੜਫ ਤੜਫ ਕੇ ਜਦੋਂ ਅਸੀਂ ਆਪਣੇ ਗੁਰੂ ਦੀ ਚਿੰਤਾ ਕਰਦੇ ਹਾਂ ਤਾਂ ਜਿਹੜੀ ਉਹ ਭਗਤੀ ਹੁੰਦੀ ਹੈ ਉਹ ਭਗਤੀ ਦੀ ਚਰਮ ਸੀਮਾ ਹੋ ਜਾਂਦੀ ਹੈ। ਇਸੇ ਕਰਕੇ ਹੀ ਮਸਤਾਨਾ ਜੀ ਮਹਾਰਾਜ ਨੇ ਵਚਨ ਕਰਤੀ ਕਿ ਸਤਿਗੁਰ ਦਾ ਫਿਕਰ ਤੇ ਜ਼ਿਕਰ ਹੈ ਜਿਹੜਾ ਉਹ ਸਭ ਤੋਂ ਉੱਤਮ ਸਿਮਰਨ ਹੈ, ਸਭ ਤੋਂ ਉੱਤਮ ਹੈ ਜਿਹੜਾ ਉਹ ਭਗਤੀ ਹੈ, ਸਭ ਤੋਂ ਉੱਤਮ ਭਗਤੀ ਹੈ। ਕਿਉਂਕਿ ਉਸ ਸਮੇਂ ਸਾਡਾ ਮਨ ਸਾਨੂੰ ਭੜਕਾਉਂਦਾ ਨਹੀਂ ਹੈ। ਵੈਸੇ ਆਪਾਂ ਸਿਮਰਨ ਤੇ ਬੈਠ ਜਾਓ, ਅੱਧਾ ਘੰਟਾ ਬੈਠ ਜਾਓ, ਘੰਟਾ ਬੈਠ ਜਾਓ, ਸਾਡਾ ਸਿਮਰਨ ਸਾਨੂੰ ਹੋਰ ਹੋਰ ਪਾਸੇ ਲੈ ਕੇ ਜਾਂਦਾ, ਸਾਡਾ ਮਨ ਹੈ ਜਿਹੜਾ ਉਹ ਸਾਨੂੰ ਹੋਰ ਹੀ ਪਾਸੇ ਭਟਕਾ ਦਿੰਦਾ। ਅਸੀਂ ਮਤਲਬ ਸਿਮਰਨ ਕਰਦੇ ਕਰਦੇ ਪਤਾ ਨਹੀਂ ਹੋਰ ਹੀ ਦੁਨੀਆਂ 'ਚ ਚਲੇ ਜਾਂਦੇ ਹਾਂ। ਜਿਹੜੀ ਗੁਰੂ ਪਿਤਾ ਜੀ ਵੀ ਕਹਿੰਦੇ ਹੁੰਦੇ ਸੀ ਜਿਹੜੀ ਗੱਲ ਕਦੇ ਵੀ ਯਾਦ ਨਹੀਂ ਆਈ ਹੁੰਦੀ
ਜਦੋਂ ਸਿਮਰਨ ਕਰਦੇ ਹੋ ਮਨ ਇੰਨਾ ਕੁ ਸ਼ਾਂਤ ਹੋ ਜਾਂਦਾ ਕਿ ਉਹ ਗੱਲਾਂ ਵੀ ਯਾਦ ਆਉਣ ਲੱਗ ਜਾਂਦੀਆਂ। ਪਰ ਜਦੋਂ ਅਸੀਂ ਗੁਰੂ ਪਿਤਾ ਜੀ ਦਾ ਅੰਦਰ ਚਿੰਤਾ ਕਰਦੇ ਹਾਂ, ਉਹਨਾਂ ਦਾ ਫਿਕਰ ਕਰਦੇ ਹਾਂ, ਉਹਨਾਂ ਦੀ ਤਰਫ ਨਾਲ ਯਾਦ ਆਉਂਦੀ ਹੈ ਜਦੋਂ ਸਾਨੂੰ, ਫਿਰ ਗੁਰੂ ਪਿਆਰੀ ਸਾਧ ਸੰਗਤ ਜੀ, ਫਿਰ ਸਾਡੇ ਸਾਹਮਣੇ ਸਿਰਫ ਤੇ ਸਿਰਫ ਇੱਕ ਸਤਿਗੁਰ ਹੀ ਸਾਨੂੰ ਦਿਖਾਈ ਦਿੰਦਾ ਹੈ। ਉਸੇ ਦੀ ਸਾਡੀ ਬਸ ਫਿਰ ਉਸੇ ਉਹ ਜਿਵੇਂ ਅਰਜਨ ਵਾਲੀ ਜੋ ਕਹਾਣੀ ਹੈ ਵੀ ਅੱਖ ਤੇ ਸਿਰਫ ਨਿਸ਼ਾਨਾ, ਤਾਂ ਸਿਰਫ ਸਾਡਾ ਨਿਸ਼ਾਨਾ ਉਦੋਂ ਸਿਰਫ ਗੁਰੂ ਪਿਤਾ ਹੀ ਰਹਿ ਜਾਂਦੇ। ਅਸੀਂ ਨਾ ਟਾਹਣਿਆਂ ਵੱਲ ਦੇਖਦੇ ਹਾਂ ਉਦੋਂ, ਨਾ ਅਸੀਂ ਪੱਤਿਆਂ ਵੱਲ ਦੇਖਦੇ ਹਾਂ, ਨਾ ਦਰਖਤ ਵੱਲ ਦੇਖਦੇ ਹਾਂ। ਜਦੋਂ ਨਿਸ਼ਾਨਾ ਸਿਰਫ ਸਤਿਗੁਰ ਰਹਿ ਜਾਂਦਾ, ਤਾਂ ਫਿਰ ਜਿਹੜੀ ਉਹ ਅੱਵਲ ਦਰਜੇ ਦੀ ਭਗਤੀ ਬਣਦੀ ਹੈ। ਇਹ ਕਹਾਣੀ ਮਤਲਬ ਕਿ ਇਕੱਲੀ ਇਹ ਹੀ ਨਹੀਂ ਹੈ ਵੀ ਇਹ ਇੱਕ ਕਹਾਣੀ ਹੈ ਤਾਂ ਮਤਲਬ ਇਹਨੂੰ ਉੱਤਮ ਦਰਜੇ ਦੀ ਭਗਤੀ ਕਿਹਾ ਗਿਆ। ਇਹ ਰੂਹਾਨੀਅਤ ਦੇ ਵਿੱਚ ਬਹੁਤ ਉੱਚਾ ਦਰਜਾ ਹੈ, ਗੁਰੂ ਦਾ ਫਿਕਰ ਤੇ ਜ਼ਿਕਰ ਕਰਨਾ ਰੂਹਾਨੀਅਤ ਦੇ ਵਿੱਚ ਬਹੁਤ ਉੱਚਾ ਦਰਜੇ ਮਿਲੇ ਹੈ। ਆਪਾਂ ਨੂੰ ਪਤਾ ਹੀ ਹੈ ਕਿ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਦੇ ਇੱਕ ਸੈਨਾਪਤੀ ਹੋਇਆ ਕਰਦੇ ਸੀ ਅਕਰੂਰ ਜੀ। ਅਕਰੂਰ ਮਤਲਬ ਕਿ ਬਹੁਤ ਜ਼ਿਆਦਾ ਸ਼੍ਰੀ ਕ੍ਰਿਸ਼ਨ ਜੀ ਦੀ ਚਿੰਤਾ ਕਰਦਾ ਸੀ, ਉਹਨਾਂ ਦੀ ਸਿਕਿਉਰਿਟੀ ਦੀ, ਸੁਰੱਖਿਆ ਦੀ, ਕਿਉਂਕਿ ਉਹ ਸੈਨਾਪਤੀ ਸੀ ਅਤੇ ਉਹਨੂੰ ਹਮੇਸ਼ਾ ਹੀ ਇਹ ਡਰ ਲੱਗਾ ਰਹਿੰਦਾ ਸੀ ਵੀ ਕੰਸ ਦੇ ਆਦਮੀ ਕਿਸੇ ਵੇਲੇ ਆ ਕੇ ਕ੍ਰਿਸ਼ਨ ਜੀ 'ਤੇ ਹਮਲਾ ਨਾ ਕਰ ਦੇਣ, ਉਹਨੂੰ ਮਤਲਬ ਕਿ ਕੋਈ ਨੁਕਸਾਨ ਨਾ ਪਹੁੰਚਾ ਦੇਣ। 24 ਘੰਟੇ ਮਤਲਬ ਉਹ ਕਹਿੰਦੇ ਸੌਂਦਾ ਵੀ ਨਹੀਂ ਸੀ, ਸੌਂਦਾ ਵੀ ਸੀ ਤਾਂ ਉਹਨੂੰ ਸੁਪਨੇ ਵੀ ਇਸ ਚੀਜ਼ ਦੇ ਆਉਂਦੇ ਸੀ ਕਿ ਮੈਂ ਕ੍ਰਿਸ਼ਨ ਜੀ ਦੀ ਸਿਕਿਉਰਿਟੀ ਕਿਵੇਂ ਕਰਨੀ ਹੈ, ਕਿਵੇਂ ਮੈਂ ਉਹਦੀ ਸੁਰੱਖਿਆ ਕਰਨੀ ਹੈ। ਤਾਂ ਦਿਨ ਰਾਤ ਉਹ ਚਿੰਤਾ ਕਰਦਾ ਸੀ। ਬੇਸ਼ੱਕ ਉਹਨੂੰ ਇਹ ਪਤਾ ਸੀ ਕਿ ਕ੍ਰਿਸ਼ਨ ਜੀ ਮਹਾਰਾਜ ਵਿਸ਼ਨੂੰ ਦੇ ਅਵਤਾਰ ਹੈ, ਵੀ ਅਵਤਾਰੀ ਪੁਰਸ਼ ਹੈ, ਇਹ ਵੀ ਉਹਨੂੰ ਪਤਾ ਸੀ। ਇਹ ਨਹੀਂ ਕਿ ਅਕਰੂਰ ਜੀ ਨੂੰ ਕੁਛ ਪਤਾ ਨਹੀਂ ਸੀ, ਇਹ ਵੀ ਪਤਾ ਸੀ। ਪਤਾ ਹੋਣ ਦੇ ਬਾਵਜੂਦ ਵੀ ਉਹਨੇ ਇਹ ਨਹੀਂ ਕਿਹਾ ਜਿਵੇਂ ਆਪਣੀ ਸੰਗਤ ਕਹਿ ਰਹੀ ਸੀ ਪਹਿਲਾਂ ਕਿ ਉਹ ਤਾਂ ਆਪੇ ਗਿਆ ਆਪੇ ਆਜੂਗਾ ਜੀ, ਸਾਡਾ ਤਾਂ ਸਤਿਗੁਰ ਕੋਲ ਮਾਲਕ ਹੈ ਜੀ, ਉਹਨੂੰ ਬੰਦਾ ਲਿਆਉਣ ਵਾਲਾ ਕੌਣ ਹੈ ਜੀ। ਇਹ ਉਹਨੇ ਨਹੀਂ ਸੋਚੀ। ਉਹ ਕੀ ਸੋਚਦਾ ਸੀ ਕਿ ਮੇਰਾ ਜਿਹੜਾ ਕਰਮ ਹੈ ਅਤੇ ਮੇਰਾ ਧਰਮ ਹੈ, ਕ੍ਰਿਸ਼ਨ ਜੀ ਦੀ ਸਿਕਿਉਰਿਟੀ ਕਰਨਾ, ਉਹਦੀ ਸੁਰੱਖਿਆ ਕਰਨਾ ਮੇਰਾ ਧਰਮ ਵੀ ਹੈ ਅਤੇ ਮੇਰਾ ਕਰਮ ਵੀ ਹੈ। ਉਹ ਆਪਣੇ ਇਸ ਧਰਮ ਨੂੰ ਅਤੇ ਆਪਣੇ ਕਰਮ ਨੂੰ ਨਿਭਾਉਂਦਾ ਰਿਹਾ। ਤਾਂ ਜਦੋਂ ਕੰਸ ਉਹਨੂੰ ਮਥੁਰਾ ਬੁਲਾਉਂਦਾ ਸ਼੍ਰੀ ਕ੍ਰਿਸ਼ਨ ਜੀ ਨੂੰ, ਤਾਂ ਜਦੋਂ ਰਸਤੇ ਦੇ ਵਿੱਚ ਜਾ ਰਹੇ ਹੁੰਦੇ ਆ ਤਾਂ ਦੇਖਦੇ ਆ ਵੀ ਉਹਦੀ ਸਿਕਿਉਰਿਟੀ ਇਸ ਤਰ੍ਹਾਂ ਉਹਨੇ ਇੰਨੇ ਜ਼ਬਰਦਸਤ ਪ੍ਰਬੰਧ ਕੀਤੇ ਹੁੰਦੇ ਆ ਕਿ ਥੋੜ੍ਹੇ ਥੋੜ੍ਹੇ ਟਾਈਮ ਬਾਅਦ ਉਹਦੇ ਜਿਹੜੇ ਹੈਗੇ ਬੰਦੇ ਉਹ ਬਦਲਦੇ ਆ। ਤਾਂ ਉੱਥੇ ਬਲਰਾਮ ਜੀ ਜਿਹੜੇ ਹੈਗੇ ਆ ਕ੍ਰਿਸ਼ਨ ਜੀ ਦੇ ਵੱਡੇ ਭਰਾ, ਉਹ ਕ੍ਰਿਸ਼ਨ ਜੀ ਨੂੰ ਕਹਿ ਰਹੇ ਆ ਵੀ ਤੂੰ ਅਕਰੂਰ ਜੀ ਨੂੰ ਥੋੜ੍ਹਾ ਦਿਖਾ ਨਾ ਕੁਛ, ਵੀ ਇੰਨੀ ਚਿੰਤਾ ਕਿਉਂ ਕਰਦਾ ਤੇਰੀ। ਬਲਰਾਮ ਜੀ ਨੂੰ ਇਹ ਲੱਗਦਾ ਸੀ ਸ਼ਾਇਦ ਅਕਰੂਰ ਨੂੰ ਪਤਾ ਨਹੀਂ ਹੈ ਕਿ ਕ੍ਰਿਸ਼ਨ ਜੀ ਕੌਣ ਹੈ। ਤਾਂ ਉੱਥੇ ਜਦੋਂ ਰਸਤੇ 'ਚ ਜਾਂਦੇ ਆ ਤਾਂ ਫਿਰ ਕ੍ਰਿਸ਼ਨ ਜੀ ਅਕਰੂਰ ਨੂੰ ਜਦੋਂ ਨਦੀ 'ਤੇ ਡੁਬਕੀ ਲਗਾ ਰਿਹਾ ਹੁੰਦਾ ਤਾਂ ਡੁਬਕੀ ਜਦੋਂ ਲਾਉਂਦਾ, ਤੀਜੀ ਡੁਬਕੀ ਲਾਉਂਦਾ, ਤਾਂ ਉੱਥੇ ਨੀਚੋਂ ਕੀ ਦੇਖਦਾ, ਪਹਿਲਾਂ 2 ਡੁਬਕੀਆਂ ਲਾਉਂਦਾ ਵੀ ਅੰਦਰ ਵੀ ਕ੍ਰਿਸ਼ਨ ਜੀ ਹੁੰਦੇ ਆ ਅਤੇ ਬਾਹਰ ਵੀ ਕ੍ਰਿਸ਼ਨ ਜੀ ਹੁੰਦੇ ਆ। ਤਾਂ ਤੀਸਰੀ ਡੁਬਕੀ ਦੇ ਵਿੱਚ ਕ੍ਰਿਸ਼ਨ ਜੀ ਉਹਨੂੰ ਆਪਣਾ ਵਿਰਾਟ ਰੂਪ ਦਿਖਾਉਂਦੇ ਆ। ਤਾਂ ਉੱਥੇ ਕ੍ਰਿਸ਼ਨ ਜੀ ਵਚਨ ਕਰਦੇ ਆ ਗੁਰੂ ਪਿਆਰੀ ਸਾਧ ਸੰਗਤ ਜੀ ਵੀ ਜਿਹੜਾ ਅੱਜ ਅਸੀਂ ਤੈਨੂੰ ਵਿਰਾਟ ਰੂਪ ਦਿਖਾਇਆ ਨਾ, ਅਕਰੂਰ ਨੂੰ ਕਹਿ ਰਹੇ ਆ ਵੀ ਅਕਰੂਰ ਜੀ ਇਹ ਵਿਰਾਟ ਰੂਪ 1000 ਸਾਲ ਦੀ ਤਪੱਸਿਆ ਤੋਂ ਬਾਅਦ ਵੀ ਸੰਭਵ ਨਹੀਂ ਹੈ। ਵੀ 1000 ਸਾਲ ਜੇ ਕੋਈ ਤਪੱਸਿਆ ਕਰਦਾ ਤਾਂ ਜਾ ਕੇ ਬੇਸ਼ੱਕ ਮਤਲਬ ਕਿ ਉਹਨੂੰ ਸਾਡਾ ਇਹ ਵਿਰਾਟ ਰੂਪ ਦੇ ਅਸੀਂ ਦਰਸ਼ਨ ਦੇ ਦਈਏ, ਜੋ ਦਰਸ਼ਨ ਅੱਜ ਅਸੀਂ ਤੈਨੂੰ ਦੇ ਰਹੇ ਹਾਂ। ਪਰ ਨਾਲ ਉਹਨਾਂ ਨੇ ਕਾਰਨ ਵੀ ਦੱਸਿਆ ਕਿ ਕਿਉਂ ਅਸੀਂ ਇਹ ਦਰਸ਼ਨ ਦੇ ਰਹੇ ਹਾਂ। ਤਾਂ ਉਹਨਾਂ ਨੇ ਉੱਥੇ ਕਿਹਾ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਨੇ ਕਿ ਤੂੰ ਸਾਡੀ ਸੁਰੱਖਿਆ ਦੀ ਚਿੰਤਾ ਕਰਦਾ, ਤੂੰ ਦਿਨ ਰਾਤ ਇਸੇ ਚਿੰਤਾ 'ਚ ਰਹਿਣਾ ਕਿ ਸਾਨੂੰ ਜਿਹੜਾ ਮੈਨੂੰ ਉਹ ਤੂੰ ਕਿਵੇਂ ਬਚਾਉਣਾ। ਹਾਲਾਂਕਿ ਬੇਸ਼ੱਕ ਤੈਨੂੰ ਪਤਾ ਹੈ ਕਿ ਮੈਂ ਇੱਕ ਅਵਤਾਰੀ ਪੁਰਸ਼ ਹਾਂ, ਮੈਂ ਸਭ ਕੁਛ ਕਰ ਸਕਦਾ, ਫਿਰ ਵੀ ਤੂੰ ਆਪਣਾ ਕਰਮ ਕਰ ਰਿਹਾ, ਤੂੰ ਜਿਹੜੀ ਸਾਡੀ ਸੁਰੱਖਿਆ ਦੀ ਦਿਨ ਰਾਤ ਜੋ ਤੂੰ ਇਹ ਚਿੰਤਾ ਕੀਤੀ ਹੈ ਨਾ, ਤੇਰੀ ਇਸ ਚਿੰਤਾ ਨੂੰ ਅਸੀਂ ਭਗਤੀ ਵਿੱਚ ਕਨਵਰਟ ਕਰਤਾ, ਭਗਤੀ ਵਿੱਚ ਬਦਲ ਦਿੱਤਾ, ਤੇ ਇਸੇ ਕਰਕੇ ਅੱਜ ਜੋ 1000 ਸਾਲ ਦੀ ਤਪੱਸਿਆ ਨਾਲ ਜੋ ਵਿਰਾਟ ਰੂਪ ਦੇ ਦਰਸ਼ਨ ਅਸੀਂ ਕਿਸੇ ਨੂੰ ਨਹੀਂ ਦਿੰਦੇ, ਅੱਜ ਉਹ ਵਿਰਾਟ ਰੂਪ ਦੇ ਦਰਸ਼ਨ ਤੂੰ ਕਰ ਰਿਹਾ। ਤਾਂ ਉੱਥੇ ਫਿਰ ਅਕਰੂਰ ਜੀ ਵੀ ਹੱਥ ਜੋੜ ਕੇ ਖੜੇ ਹੋ ਜਾਂਦੇ ਆ। ਅਕਰੂਰ ਜੀ ਕ੍ਰਿਸ਼ਨ ਜੀ ਮਹਾਰਾਜ ਨੂੰ ਕਹਿੰਦੇ ਆ ਕਿ ਮਹਾਰਾਜ ਬੇਸ਼ੱਕ ਮੈਨੂੰ ਇਹ ਪਤਾ ਸੀ ਕਿ ਤੁਸੀਂ ਮਤਲਬ ਕਿ ਸਰਵ ਸ਼ਕਤੀਮਾਨ ਹੋ, ਸਰਵ ਸਮਰੱਥ ਹੋ, ਤੁਸੀਂ ਸਭ ਕੁਛ ਕਰ ਸਕਦੇ ਹੋ, ਕੋਈ ਇਹ ਕੰਸ ਦੀ ਇੰਨੀ ਹਿੰਮਤ ਨਹੀਂ ਹੈ ਕਿ ਉਹ ਤੁਹਾਨੂੰ ਮਾਰ ਦੇਵੇ ਜਾਂ ਤੁਹਾਨੂੰ ਕੋਈ ਨੁਕਸਾਨ ਪਹੁੰਚਾ ਦੇਵੇ, ਬੇਸ਼ੱਕ ਮੈਂ ਸਭ ਗੱਲਾਂ ਜਾਣਦਾ, ਪਰ ਫਿਰ ਵੀ ਮੈਂ ਤੁਹਾਡਾ ਸੈਨਾਪਤੀ ਹੈ। ਇੱਕ ਸੈਨਾਪਤੀ ਦਾ ਇਹ ਧਰਮ ਹੈ ਕਿ ਉਹ ਆਪਦੇ ਮਾਲਕ ਦੀ, ਆਪਣੇ ਮਹਾਰਾਜ ਦੀ ਰੱਖਿਆ ਕਰੇ, ਉਹਦੀ ਸੁਰੱਖਿਆ ਦੀ ਚਿੰਤਾ ਕਰੇ, ਤੇ ਮੈਂ ਆਪਣਾ ਇਹ ਧਰਮ ਨਿਭਾ ਰਿਹਾ।
ਤੇ ਇਹ ਸਿਰਫ ਮੈਂ ਇਹ ਨਹੀਂ ਹੈ ਕਿ ਬੋਲ ਕੇ ਧਰਮ ਨਿਭਾ ਰਿਹਾ, ਇਹਦਾ ਮੈਂ ਕਰਮ ਵੀ ਕਰ ਰਿਹਾ। ਮੈਂ ਆਪਣਾ ਧਰਮ ਸਮਝਦਾ, ਮੇਰਾ ਧਰਮ ਕੀ ਹੈ, ਮਤਲਬ ਮੇਰਾ ਫਰਜ਼ ਕੀ ਹੈ, ਤੇ ਦੂਸਰਾ ਉਹ ਮੈਂ ਆਪਣਾ ਕਰਮ ਵੀ ਕਰ ਰਿਹਾ। ਤਾਂ ਜਦੋਂ ਅਕਰੂਰ ਜੀ ਇਹ ਗੱਲ ਕਹਿ ਰਹੇ ਹੁੰਦੇ ਆ ਤਾਂ ਕ੍ਰਿਸ਼ਨ ਜੀ ਉੱਥੇ ਬੜਾ ਖੁਸ਼ ਹੁੰਦੇ ਆ, ਤਾਂ ਉਹਨੂੰ ਮਤਲਬ ਕਿ ਹੋਰ ਵੀ ਜਿਹੜੀਆਂ ਹੈਗੀਆਂ ਖੁਸ਼ੀਆਂ ਦਿੰਦੇ ਆ। ਤਾਂ ਗੁਰੂ ਪਿਆਰੀ ਸਾਧ ਸੰਗਤ ਜੀ, ਜਿਹੜੇ ਮਸਤਾਨਾ ਜੀ ਮਹਾਰਾਜ ਨੇ ਐਵੇਂ ਨਹੀਂ ਲਿਖਤਾ ਗ੍ਰੰਥਾਂ ਦੇ ਵਿੱਚ ਵੀ ਜੋ ਸਤਿਗੁਰ ਦਿਆ ਫਿਕਰ ਤੇ ਸਤਿਗੁਰ ਦਾ ਜ਼ਿਕਰ ਉੱਤਮ ਭਗਤੀ ਜਾਂ ਉੱਤਮ ਸਿਮਰਨ, ਐਵੇਂ ਨਹੀਂ ਲਿਖਿਆ। ਇਹਦੀ ਬਹੁਤ ਮਹਾਨਤਾ ਹੈ ਸੱਚਮੁੱਚ। ਜਦੋਂ ਅਸੀਂ ਆਪਦੇ ਗੁਰੂ ਦਾ ਫਿਕਰ ਨਹੀਂ ਨਾ ਕਰਦੇ ਤਾਂ ਫਿਰ ਮੈਂ ਪਹਿਲਾਂ ਵੀ ਤੁਹਾਨੂੰ ਇਹ ਉਪਾਠੀ ਵਾਲੀ ਗੱਲ ਸੁਣਾਈ ਸੀ, ਤਾਂ ਸਮਝੋ ਅਸੀਂ ਮਿੱਟੀ ਦੀ ਬੋਰੀ ਹੈ। ਅਸੀਂ ਇੰਨੇ ਕੁ ਸਵਾਰਥੀ ਹੈ ਕਿ ਅਸੀਂ ਆਪਦਾ ਸਵਾਰਥ ਕੱਢਣ ਵਾਸਤੇ ਸਿਮਰਨ ਤਾਂ ਕਰ ਲਾਂਗੇ, ਅੱਧਾ ਘੰਟਾ ਪੌਣਾ ਘੰਟਾ, ਜਾਂ ਅਸੀਂ 2 ਘੰਟੇ ਜਾਂ 10 ਘੰਟੇ, ਜਿਹੜਾ ਹੁਣ ਚੱਲ ਰਿਹਾ ਪਖੰਡ ਸਿਮਰਨ, ਇੱਕ ਅਖੰਡ ਸਿਮਰਨ ਹੋਰ ਚੱਲ ਰਿਹਾ, ਉਹਦੇ ਵਾਸਤੇ ਅਸੀਂ ਆਪਣੇ ਨਿੱਜ ਸਵਾਰਥ ਵਾਸਤੇ ਤਾਂ ਕਰ ਲਾਂਗੇ, ਪਰ ਅਸੀਂ ਆਪਣੇ ਗੁਰੂ ਵਾਸਤੇ ਕੋਈ ਸਮਾਂ ਕੱਢਣ ਨੂੰ ਤਿਆਰ ਨਹੀਂ। ਉੱਥੇ ਸਾਡੇ ਕੋਲ ਇੱਕ ਵਧੀਆ ਜਵਾਬ, ਪਹਿਲਾਂ ਸਾਡੇ ਕੋਲ ਸੰਗਤ ਕੋਲ ਵਧੀਆ ਜਵਾਬ ਸੀ, ਉਹ ਤਾਂ ਆਪੇ ਗਿਆ ਜੀ, ਉਹ ਆਪੇ ਆਜੂ, ਉਹ ਮਿਸ਼ਨ ਤੇ ਗਿਆ ਹੋਇਆ। ਤੇ ਹੁਣ ਤਾਂ ਉਹਨਾਂ ਕੋਲ ਨਕਲੀ ਗੁਰੂ ਲੈ ਆਉਂਦਾ, ਹੁਣ ਤਾਂ ਉਹਨਾਂ ਨੂੰ ਕੋਈ ਚਿੰਤਾ ਹੀ ਨਹੀਂ ਹੈ, ਹੁਣ ਤਾਂ ਕੋਈ ਫਿਕਰ ਹੀ ਨਹੀਂ ਹੈ, ਕਿਉਂਕਿ ਉਹਨਾਂ ਦੇ ਸਾਹਮਣੇ ਗੁਰੂ ਦੀ ਜਗ੍ਹਾ ਤੇ ਇੱਕ ਨਕਲੀ ਗੁਰੂ ਖੜਾ ਕਰ ਦਿੱਤਾ ਗਿਆ। ਸਾਧ ਸੰਗਤ ਦੀ ਇਹਦਾ ਮਤਲਬ ਇਹ ਭਗਤੀ ਤਾਂ ਖਤਮ ਹੀ ਕਰ ਦਿੱਤੀ ਗਈ, ਵੀ ਜਿਹੜਾ ਗੁਰੂ ਦੀ ਚਿੰਤਾ ਕਰਨਾ, ਕੋਈ ਫਿਕਰ ਕਰਨਾ, ਉਹਦਾ ਗੁਰੂ ਦਾ ਜ਼ਿਕਰ ਕਰਨਾ, ਬਹੁ ਗਿਣਤੀ ਸਾਧ ਸੰਗਤ ਦੀ ਜਿਹੜੀ ਉੱਤਮ ਭਗਤੀ ਇਹ ਕਾਲ ਮਹਾਕਾਲ ਨੇ ਖਤਮ ਕਰਤੀ। ਔਰ ਦੂਸਰੀ ਜਿਹੜੀ ਆਪਣੇ ਹੁਕਮ ਦੇ ਵਿੱਚ ਕਾਲ ਮਹਾਕਾਲ ਨੇ ਇੱਕ ਹੋਰ ਕੰਮ ਕਰਿਆ ਹੋਇਆ ਕਿ ਅਖੰਡ ਸਿਮਰਨ ਸ਼ੁਰੂ ਕਰਵਾਇਆ ਹੋਇਆ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਪਿਤਾ ਜੀ ਦੇ ਆਪ ਤੁਸੀਂ ਪਿਤਾ ਜੀ ਕਹਿੰਦੇ ਹੁੰਦੇ ਸੀ ਬੇਟਾ ਵੀ 48 ਤੋਂ ਲੈ ਕੇ, ਕਿਉਂ ਕਹਿੰਦੇ ਹੁੰਦੇ ਸੀ 48 ਤੋਂ ਲੈ ਕੇ ਅਸੀਂ ਆਹ ਵਚਨ ਕਦੇ ਨਹੀਂ ਕੀਤੇ, ਕਿਉਂਕਿ ਉਹ ਹਮੇਸ਼ਾ ਇਹ ਕਹਿੰਦੇ ਵੀ ਹਮ ਹੀ ਰਹੇਗੇ। ਮਸਤਾਨਾ ਜੀ ਮਹਾਰਾਜ ਦੇ ਰੂਪ ਵਿੱਚ ਵੀ ਉਹੀ ਤੇ ਪਰਮ ਪਿਤਾ ਜੀ ਦੇ ਟਾਈਮ ਵੀ ਉਹੀ ਤੇ ਹਜ਼ੂਰ ਮਹਾਰਾਜ ਤਾਂ ਹੈ ਹੀ ਹੈ। ਤਾਂ ਕਦੇ ਵੀ ਕੋਈ ਸੰਨ 48 ਤੋਂ ਲੈ ਕੇ ਕੋਈ ਇੱਕ ਵੀ ਸਤਸੰਗ ਜਾਂ ਮਜਲਸ ਜਾਂ ਪਿਤਾ ਜੀ ਦਾ ਵਚਨ ਜਾਂ ਗ੍ਰੰਥਾਂ ਚ ਲਿਖਿਆ ਇਹ ਦਿਖਾ ਦੋ ਵੀ ਕਿਤੇ ਅਖੰਡ ਸਿਮਰਨ ਦੇ ਗੁਰੂ ਪਿਤਾ ਜੀ ਨੇ ਵਚਨ ਕੀਤੇ ਹੋਣ। ਜਿਹੜੀ ਗੱਲ ਸਾਡੇ ਗੁਰੂ ਪਿਤਾ ਜੀ ਨੇ ਕਦੇ ਕੀਤੀ ਨਹੀਂ ਤੇ ਇਹ ਕਾਲ ਮਹਾਕਾਲ ਨੇ ਸ਼ੁਰੂ ਹੀ ਕਿਉਂ ਕਰਵਾਈ ਹੋਈ ਹੈ? ਇਹ ਇਸੇ ਕਰਕੇ ਹੀ ਕਰਵਾਈ ਹੋਈ ਹੈ ਕਿ ਸਾਰੇ ਤਰ੍ਹਾਂ ਦੇ ਫਲ ਸੰਗਤ ਦੇ ਖਤਮ ਕਰਨੇ ਹੈ। ਪਹਿਲੇ ਗੁਰੂ ਪਿਤਾ ਜੀ ਚਲੇ ਗਏ ਤਾਂ ਦਰਸ਼ਨਾਂ ਦਾ ਫਲ ਖਤਮ ਹੋ ਗਿਆ, ਸਤਸੰਗ ਦਾ ਫਲ ਖਤਮ ਹੋ ਗਿਆ, ਫਿਰ ਨਾਮ ਚਰਚਾ ਦਾ ਫਲ ਸਾਧ ਸੰਗਤ ਕੋਲ ਇੱਕ ਰਹਿ ਗਿਆ ਸੀ। ਉਹ ਨਾਮ ਚਰਚਾ ਵੀ ਗੁਰੂ ਪਿਤਾ ਜੀ ਦੇ ਵਚਨਾਂ ਚ ਨਹੀਂ ਹੋਈ, ਉਹਦੇ ਵਿੱਚ ਨੱਚਣਾ ਗਾਣਾ ਜਾਗੋ ਕੀ ਕੁਛ ਪਤਾ ਨਹੀਂ ਇਹਨਾਂ ਨੇ ਐਡ ਕਰ ਲਿਆ। ਪ੍ਰਸ਼ਾਦ ਨੂੰ, ਸਿੰਪਲ ਪ੍ਰਸ਼ਾਦ ਨੂੰ ਛੱਡ ਕੇ ਉੱਥੇ ਵੀ ਸਾਡੀ ਸੰਗਤ ਨੇ ਤਰ੍ਹਾਂ ਤਰ੍ਹਾਂ ਦੇ ਖਾਣੇ ਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਪ੍ਰਸ਼ਾਦ ਆ ਉਹ ਸ਼ੁਰੂ ਕਰ ਲਏ। ਤਾਂ ਜਿਹੜੀ ਨਾਮ ਚਰਚਾ ਦਾ ਫਲ ਸੀ, ਯਕੀਨ ਮੰਨੋ ਉਹ ਵੀ ਬਿਲਕੁਲ ਖਤਮ ਕਰ ਲਿਆ ਸਾਡੀ ਸਾਧ ਸੰਗਤ ਨੇ। ਬੇਸ਼ੱਕ ਤੁਸੀਂ ਉਹਨੂੰ ਰੋਜ਼ ਨਾਮ ਚਰਚਾ ਕਰੀ ਜਾਣ ਇਹ, ਤੇ ਬੇਸ਼ੱਕ ਹਫ਼ਤੇ 'ਚ 2 ਕਰ ਲੈਣ ਤੇ 4 ਕਰ ਲੈਣ, ਜਦੋਂ ਉਹ ਗੁਰੂ ਦੇ ਹੁਕਮ ਦੇ ਵਿੱਚ ਹੀ ਨਾਮ ਚਰਚਾ ਨਹੀਂ ਹੋ ਰਹੀ, ਤਾਂ ਜਦੋਂ ਗੁਰੂ ਦੇ ਉੱਥੇ ਰੂਲ ਹੀ ਨਹੀਂ ਮੰਨੇ ਜਾ ਰਹੇ ਤਾਂ ਫਿਰ ਇਹਦਾ ਮਤਲਬ ਕੋਈ ਫਲ ਉੱਥੇ ਨਹੀਂ ਹੈ। ਦੂਸਰਾ ਉਸ ਤੋਂ ਬਾਅਦ ਰਹਿ ਗਿਆ ਸੀ ਸੰਗਤ ਕੋਲ ਇੱਕ ਸਿਮਰਨ, ਤੇ ਸਿਮਰਨ ਵੀ ਅਖੰਡ ਸਿਮਰਨ ਸ਼ੁਰੂ ਕਰਵਾ ਕੇ ਸਾਧ ਸੰਗਤ ਦਾ ਇਹ ਵੀ ਫਲ ਖਤਮ ਕਰ ਦਿੱਤਾ ਗਿਆ, ਬਿਲਕੁਲ ਸਾਧ ਸੰਗਤ ਖਾਲੀ ਕਰ ਦਿੱਤੀ ਗਈ ਹੈ। ਅਖੰਡ ਸਿਮਰਨ ਜਿਸ ਚੀਜ਼ ਦਾ ਗੁਰੂ ਪਿਤਾ ਜੀ ਦੇ ਇੱਕ ਵਚਨ ਹੈ, ਕਹਿੰਦੇ ਬੇਟਾ ਹੁਕਮ ਦੇ ਵਿੱਚ ਚਾਹੇ ਤੁਸੀਂ ਇੱਕ ਘਾਹ ਦਾ ਤਿਣਕਾ ਵੀ ਚੁੱਕ ਦੋ ਉਹਦਾ ਵੀ ਫਲ ਹੈ, ਪਰ ਬਿਨਾਂ ਹੁਕਮ ਤੋਂ ਬਿਨਾਂ ਗੁਰੂ ਦੇ ਵਚਨਾਂ ਤੋਂ ਤੁਸੀਂ ਚਾਹੇ ਸੋਨੇ ਦੀ ਇੱਟ ਲਾ ਦੋ ਉਹਦਾ ਵੀ ਕੋਈ ਫਲ ਹੀ ਨਹੀਂ ਹੈ। ਜਦੋਂ ਅਖੰਡ ਸਿਮਰਨ ਦੇ ਗੁਰੂ ਪਿਤਾ ਜੀ ਦੇ ਵਚਨ ਹੀ ਨਹੀਂ ਤੇ ਫਲ ਕੌਣ ਦੇਊਗਾ ਤੁਹਾਨੂੰ? ਇਹ ਤਾਂ ਕਾਲ ਮਹਾਕਾਲ ਕਰਵਾਈ ਜਾ ਰਿਹਾ, ਫਿਰ ਉਹਦੇ ਘੇਰੇ ਚ ਚੱਲੀ ਚੱਲੋ। ਸਿਮਰਨ ਕਦੇ ਵੀ ਅਖੰਡ ਹੋ ਨਹੀਂ ਸਕਦਾ, ਕਦੇ ਵੀ ਨਹੀਂ ਹੋ ਸਕਦਾ ਅਖੰਡ ਸਿਮਰਨ, ਕਿਉਂਕਿ ਸਿਮਰਨ ਹੈ ਜਿਹੜਾ ਉਹ ਵਿਚਾਰਾਂ ਨਾਲ ਕੀਤਾ ਜਾਂਦਾ ਤੇ ਵਿਚਾਰ ਬੰਦੇ ਦੇ ਭਟਕਦੇ ਹੀ ਭਟਕਦੇ ਆ, ਇਹ ਹੋ ਹੀ ਨਹੀਂ ਸਕਦਾ। ਇੱਕ ਸਿਰਫ ਪੂਰਨ ਸੰਤ ਪੀਰ ਫਕੀਰ ਜਾਂ ਮਹਾਤਮਾ ਗੁਰੂ ਪੀਰ ਅਵਤਾਰਾਂ ਨੂੰ ਛੱਡ ਕੇ ਜਾਂ ਕੋਈ ਤਪੱਸਵੀ ਜਾਂ ਕੋਈ ਜੋਗੀ ਬਹੁਤ ਪਹੁੰਚਿਆ ਹੋਇਆ ਯੋਗ ਕਰਦਾ ਉਹਨੂੰ ਛੱਡ ਕੇ ਬਾਕੀ ਆਮ ਜੋ ਗ੍ਰਸਤੀ ਇਨਸਾਨ ਹੈ ਉਹ ਕਦੇ ਵੀ ਅਖੰਡ ਸਿਮਰਨ ਨਹੀਂ ਕਰ ਸਕਦਾ, ਕਿਉਂਕਿ ਵਿਚਾਰ ਆ ਜਦੋਂ ਵੀ ਤੁਸੀਂ ਸਿਮਰਨ ਤੇ ਬੈਠੋਗੇ ਉਦੋਂ ਤੁਹਾਡੇ ਵਿਚਾਰ ਆ ਜ਼ਰੂਰ ਭਟਕਣਗੇ, ਖੰਡਤ ਹੋਣਗੇ ਹੀ ਹੋਣਗੇ ਤੁਹਾਡੇ ਵਿਚਾਰ ਲਗਾਤਾਰ। ਇਹ ਨਹੀਂ ਹੈ ਕਿ ਤੁਸੀਂ 10 ਘੰਟੇ ਬੈਠ ਕੇ 5 ਘੰਟੇ ਜਾਂ 2 ਘੰਟੇ 4 ਘੰਟੇ ਤੁਸੀਂ ਲਗਾਤਾਰ ਸਿਮਰਨ ਕਰ ਲਓਗੇ। ਹਾਂ ਸਿਟਿੰਗ ਹੋ ਸਕਦੀ ਹੈ, ਬੈਠ ਸਕਦੇ ਆ ਤੁਸੀਂ ਪਲਾਥੀ ਮਾਰ ਕੇ, ਪਰ ਇਹ ਨਹੀਂ ਕਹਿ ਸਕਦੇ ਤੁਸੀਂ ਕਿ ਅਸੀਂ ਸਿਮਰਨ ਅਖੰਡ ਕਰਤਾ, ਬਿਲਕੁਲ ਨਹੀਂ। ਸਾਨੂੰ ਖੁਦ ਨੂੰ ਨਹੀਂ ਪਤਾ ਲੱਗਦਾ, ਪਿਤਾ ਜੀ ਕਹਿੰਦੇ ਹੁੰਦੇ ਸੀ ਮਨ ਆ ਜਿਹੜਾ ਇੰਨਾ ਤੇਜ਼ ਹੈ, ਇਹਦੀ ਤਾਂ ਰਫਤਾਰ ਹੀ ਬਹੁਤ ਜ਼ਿਆਦਾ ਤੇਜ਼ ਹੈ। ਹੁਣ ਅਸੀਂ ਇੱਥੇ ਬੈਠੇ 1 ਸੈਕਿੰਡ ਤੋਂ
ਤੋਂ ਪਹਿਲਾਂ ਸਾਨੂੰ ਕਿਸੇ ਬਾਹਰਲੇ ਦੇਸ਼ ਚ ਲੈ ਜੂਗਾ, ਇਹਦੀ ਤਾਂ ਐਡੀ ਰਫਤਾਰ ਤੇਜ਼ ਹੈ, ਇਹਦਾ ਤਾਂ ਸਾਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਵੀ ਸਿਮਰਨ ਕਰਦੇ ਕਰਦੇ ਕਦੋਂ ਅਸੀਂ ਆਪਦੀ ਰਸੋਈ ਚ ਪਹੁੰਚ ਜਾਂਦੇ ਹਾਂ, ਕਦੋਂ ਅਸੀਂ ਆਪਦੇ ਦਫ਼ਤਰ ਚ ਪਹੁੰਚ ਜਾਂਦੇ ਹਾਂ, ਸਿਮਰਨ ਕਰਦੇ ਕਰਦੇ ਕਦੋਂ ਅਸੀਂ ਆਪਦੇ ਕੰਮ ਧੰਦਿਆਂ ਚ ਪਹੁੰਚ ਜਾਂਦੇ ਹਾਂ। ਜੇ ਕੋਈ ਜੱਟ ਜ਼ਿਮੀਂਦਾਰ ਉਹ ਆਪਦੇ ਖੇਤ ਪਹੁੰਚ ਜਾਂਦਾ, ਪਤਾ ਹੀ ਨਹੀਂ ਲੱਗਦਾ ਇਹ ਸਿਮਰਨ ਕਰਦੇ ਕਰਦੇ ਕਦੋਂ ਸਾਡੇ ਵਿਚਾਰ ਕਿੱਥੇ ਸਾਨੂੰ ਲੈ ਜਾਂਦੇ ਹੈ, ਤਾਂ ਫਿਰ ਅਸੀਂ ਅਖੰਡ ਸਿਮਰਨ ਕਿਵੇਂ ਕਰ ਸਕਦੇ ਹਾਂ? ਜਿਹੜਾ ਕੰਮ ਅਸੀਂ ਕਰ ਹੀ ਨਹੀਂ ਸਕਦੇ ਤਾਂ ਫਿਰ ਇਹ ਕਿਉਂ ਧੜਾ ਧੜ ਲਿਖਾਇਆ ਜਾ ਰਿਹਾ ਵੀ ਮੈਂ 10 ਘੰਟੇ ਸਿਮਰਨ ਕੀਤਾ? ਇਹ ਸਿਰਫ ਸਿਰਫ ਸਾਹ ਸੰਗਤ ਨੂੰ ਰਹਿੰਦਾ ਖੁੰਦਾ ਹੰਕਾਰੀ ਬਣਾਇਆ ਜਾ ਰਿਹਾ ਵੀ ਮੈਂ 10 ਘੰਟੇ ਸਿਮਰਨ। ਇਹ ਵੀ ਰੂਹਾਨੀਅਤ ਤੋਂ ਹਟ ਕੇ ਚੀਜ਼ ਹੈ, ਕਿਉਂਕਿ ਗੁਰੂ ਪਿਤਾ ਜੀ ਵਚਨ ਕਰਿਆ ਕਰਦੇ ਸੀ, ਕਬੀਰ ਸਾਹਿਬ ਨੇ ਲਿਖਿਆ ਹੋਇਆ, ਭੋਜਨ ਭਜਨ ਤੇ ਨਾਰੀ ਤਿੰਨੋਂ ਪਰਦੇ ਕੇ ਅਧਿਕਾਰੀ, ਵੀ ਜਿੰਨਾ ਤੁਸੀਂ ਇਹਨੂੰ ਪਰਦੇ ਵਿੱਚ ਰੱਖੋਗੇ ਜਾਂ ਪਰਦੇ ਚ ਕਰੋਗੇ ਓਨਾ ਹੀ ਫਲ ਵੱਧ ਹੁੰਦਾ। ਗੁਰੂ ਪਿਤਾ ਜੀ ਕਹਿੰਦੇ ਹੁੰਦੇ ਸੀ ਜਗ੍ਹਾ ਜਗ੍ਹਾ ਗਣਾਉਂਦੇ ਫਿਰੋਗੇ ਨਾ ਵੀ ਮੈਂ ਤਾਂ ਇੰਨੇ ਘੰਟੇ ਕਰਦਾ, ਇੰਨੇ ਘੰਟੇ ਕਰਦਾ, ਜਾਂ ਮੈਂ ਤਾਂ ਇੰਨੀ ਸੇਵਾ ਕਰਦਾ, ਜੇ ਇਹਨੇ 10 ਥਾਵਾਂ ਤੇ ਗਣਾ ਦੋਗੇ ਤਾਂ ਕਹਿੰਦੇ ਤੁਹਾਡਾ ਫਲ ਖਤਮ ਹੋ ਜਾਂਦਾ। ਇਹ ਗੁਰੂ ਪਿਤਾ ਜੀ ਵੀ ਕਹਿੰਦੇ ਹੁੰਦੇ ਸੀਗੇ ਅਕਸਰ ਹੀ। ਤਾਂ ਗੁਰੂ ਪਿਆਰੀ ਸਾਧ ਸੰਗ ਜੀ ਹੁਣ ਤਾਂ ਆਨਲਾਈਨ ਚੜ੍ਹਦਾ, ਪਤਾ ਨੀ ਕਿੰਨੇ ਥਾਵਾਂ ਤੇ ਚੜ੍ਹਦਾ, ਪਹਿਲਾਂ ਪੰਗੀ ਦਸ ਨੂੰ ਰਿਪੋਰਟਾਂ ਜਾਂਦੀਆਂ, ਫਿਰ ਉੱਪਰ ਰਿਪੋਰਟਾਂ ਜਾਂਦੀਆਂ, ਫਿਰ ਆਈ ਟੀ ਵਿੰਗ ਦੀ ਸਾਰੀ ਡਿਊਟੀ ਲਾ ਰੱਖੀ ਆ, ਉਹ ਆਨਲਾਈਨ ਚੜ੍ਹਾਉਂਦੇ ਆ। ਤਾਂ ਇਹ ਸਾਰਾ ਹੰਕਾਰੀ ਹੈ, ਹੰਕਾਰੀ ਮਤਲਬ ਕਿ ਬਣਾਇਆ ਜਾ ਰਿਹਾ ਇੱਕ ਤਰ੍ਹਾਂ ਨਾਲ ਸੰਗਤ ਨੂੰ। ਤਾਂ ਸਾਰੇ ਤਰ੍ਹਾਂ ਦੇ ਜਿਹੜੇ ਖਤਮ ਕੀਤੇ ਜਾ ਰਹੇ ਆ ਸਾਧ ਸੰਗਤ ਕੋਲੇ, ਜਿਹੜੇ ਰੂਹਾਨੀਅਤ ਦੇ ਵਿੱਚ ਜਿਸ ਵੀ ਚੀਜ਼ ਦੇ ਫਲ ਸੀ, ਤਾਂ ਇਸ ਕਾਲ ਮਹਾਕਾਲ ਨੇ ਐਸੀ ਚਾਲ ਚੱਲੀ, ਜਿਵੇਂ ਪਿਤਾ ਜੀ ਕਹਿੰਦੇ ਸੀ ਨਾ ਫੱਟੀ ਲਿਖੀ ਚਿਰ ਲਾ ਕੇ ਤੇ ਪੋਚਣ ਲੱਗਿਆ ਦੇਰ ਨਾ ਲਾਈ। ਗੁਰੂ ਪਿਤਾ ਜੀ ਨੇ ਤਾਂ ਫੱਟੀ ਬਹੁਤ ਦੇਰ ਲਾ ਕੇ ਮਤਲਬ ਕਿ ਲਿਖੀ ਸੀ, ਇਹਨਾਂ ਦੀ ਸਾਰੀ ਸਾਧ ਸੰਗਤ ਦੀ ਬੜੇ ਪ੍ਰੇਮ ਨਾਲ ਫੱਟੀ ਲਿਖੀ ਸੀ, ਪਰ ਕਾਲ ਮਹਾਕਾਲ ਨੇ ਪੋਚਣ ਲੱਗਿਆ ਤਾਂ ਦੇਰ ਹੀ ਨਹੀਂ ਲਾਈ, ਉਹਨੇ ਤਾਂ ਇੱਕ ਝਟਕੇ ਨਾਲ ਹੀ ਪੋਚਤੀ। ਸਾਰੇ ਤਰ੍ਹਾਂ ਦੇ ਜਿਹੜੇ ਮਤਲਬ ਕਿ ਫਲ ਸੀ ਸੰਗਤ ਕੋਲੇ, ਇਸ ਵੇਲੇ ਖਤਮ ਕਰ ਦਿੱਤੇ। ਜਿਹੜਾ ਪੈਸਾ ਰਿਹਾ, ਪੈਸਾ ਤੇ ਪਰਮਾਰਥ, ਜਿਹੜਾ ਪਰਮਾਰਥ ਹੈ ਲਗਾਤਾਰ ਸਾਧ ਸੰਗਤ ਤੋਂ ਇਕੱਠਾ ਕੀਤਾ ਜਾ ਰਿਹਾ, ਲੱਖਾਂ ਨਹੀਂ ਕਰੋੜਾਂ ਦੀ ਗਿਣਤੀ ਦੇ ਵਿੱਚ। ਛੋਟੇ ਛੋਟੇ ਜਿਹੜੇ ਬਲਾਕ ਆ ਉੱਥੋਂ ਵੀ 50-50, 60-60 ਲੱਖ ਰੁਪਏ, ਜਿਹੜੇ ਵੱਡੇ ਬਲਾਕ ਆ 1-1 ਕਰੋੜ ਤੇ 1.25-1.25 ਕਰੋੜ ਰੁਪਇਆ ਯੂਪੀ ਦੇ ਜਾਣ ਤੋਂ ਬਾਅਦ ਚ ਇਕੱਠਾ ਹੋ ਗਿਆ। ਇਹਦਾ ਮਤਲਬ ਸਾਧ ਸੰਗਤ ਕੋਲੇ ਨਾ ਤਾਂ ਰੂਹਾਨੀਅਤ ਤੌਰ ਤੇ ਕਿਸੇ ਚੀਜ਼ ਦਾ ਫਲ ਛੱਡਿਆ ਜਾ ਰਿਹਾ, ਸਾਰੀ ਖਾਲੀ ਕਰ ਦਿੱਤੀ ਗਈ ਹੈ, ਤੇ ਦੂਸਰਾ ਮਤਲਬ ਫਾਈਨੈਂਸ਼ਲੀ ਪੈਸੇ ਦੇ ਤੌਰ ਤੇ ਵੀ ਸਾਧ ਸੰਗਤ ਤੋਂ ਸਾਰਾ ਪੈਸਾ ਖਿੱਚਿਆ ਜਾ ਰਿਹਾ, ਉੱਥੇ ਵੀ ਉਹਨੂੰ ਖਾਲੀ ਕੀਤਾ ਜਾ ਰਿਹਾ, ਬਿਲਕੁਲ ਖਾਲੀ ਕੀਤਾ ਜਾ ਰਿਹਾ। ਅੱਜ ਜਿਹੜੇ ਕਾਲ ਮਹਾਕਾਲ ਨੂੰ ਆਪਣਾ ਗੁਰੂ ਮੰਨ ਕੇ ਬੈਠ ਗਏ, ਉਹ ਦੁਨੀਆਦਾਰੀ ਦੇ ਹਿਸਾਬ ਨਾਲ ਵੀ ਆਉਣ ਵਾਲੇ ਸਮੇਂ ਦੇ ਵਿੱਚ ਮਜ਼ਾਕ ਦਾ ਪਾਤਰ ਬਣ ਗਏ। ਲੋਕ ਮਜ਼ਾਕ ਕਰਨਗੇ ਕਿ ਤੁਹਾਨੂੰ ਤੁਹਾਡੇ ਗੁਰੂ ਦੀ ਪਹਿਚਾਣ ਨਹੀਂ ਆਈ, ਤੇ ਉਹਨਾਂ ਨੂੰ ਫਿਰ ਲੋਕਾਂ ਨੂੰ ਮੂੰਹ ਦਿਖਾਉਣਾ ਮੁਸ਼ਕਲ ਹੋ ਜਾਵੇਗਾ, ਇੰਨਾ ਕੁ ਉਹਨਾਂ ਦੇ ਦਿਮਾਗ ਤੇ ਮਾਨਸਿਕ ਬੋਝ ਪਵੇਗਾ ਕਿ ਉਹ ਪਾਗਲਾਂ ਦੀ ਤਰ੍ਹਾਂ ਹਰਕਤਾਂ ਕਰਨਗੇ। ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਇਹਦੇ ਰਿਜ਼ਲਟ ਬਹੁਤ ਨਿਕਲਣਗੇ। ਅੱਜ ਵੀ ਮਤਲਬ ਹੈ, ਪਰ ਕੋਈ ਦੱਸ ਨਹੀਂ ਰਿਹਾ। ਬਹੁਤ ਸਾਰੀ ਸੰਗਤ ਇਹੋ ਜਿਹੜੀ ਯੂਪੀ ਜਾ ਕੇ ਆਈ ਤੇ ਉਸ ਤੋਂ ਬਾਅਦ ਉਹਨਾਂ ਦੇ ਮਤਲਬ ਕਿ ਡਿਪਰੈਸ਼ਨ ਦੇ ਵਿੱਚ ਹੋ ਗਈ, ਉਹਨਾਂ ਨੂੰ ਮਾਨਸਿਕ ਤੌਰ ਤੇ ਇੰਨੇ ਕੁ ਪਰੇਸ਼ਾਨ ਹੋ ਗਏ, ਉਹਨਾਂ ਨੂੰ ਲੱਗਿਆ ਵੀ ਨਹੀਂ ਉਹ ਤਾਂ ਸਾਡਾ ਗੁਰੂ ਹੀ ਨਹੀਂ ਸੀ, ਅਸੀਂ ਕਿਉਂ ਉੱਥੇ ਗਏ। ਤਾਂ ਉਹ ਅੱਜ ਠੀਕ ਹੈ, ਉਹ ਦੱਸ ਨਹੀਂ ਰਹੇ, ਗਿਣਤੀ ਹੈ ਪਰ ਦੱਸ ਨਹੀਂ। ਆਉਣ ਵਾਲੇ ਟਾਈਮ ਦੇ ਵਿੱਚ ਦੁਨੀਆ ਦੇਖੂਗੀ, ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਇਹ ਲੋਕ ਖੜੇ ਹੋ ਜਾਣਗੇ ਕਿ ਦੁਨੀਆ ਦੇਖੂਗੀ ਉਹਨਾਂ ਦੇ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਬਣ ਜਾਣਗੇ। ਔਰ ਦੂਸਰਾ, ਗੁਰੂ ਪਿਆਰੀ ਸਾਧ ਸੰਗਤ ਜੀ, ਇੱਕ ਸਵਾਲ ਬਾਰ ਬਾਰ ਇੱਥੇ ਲਾਈਵ ਦੇ ਵਿੱਚ ਵੀ ਪੁੱਛਿਆ ਜਾਂਦਾ ਵੀ ਅਗਰ ਹਨੀਪ੍ਰੀਤ ਇੰਨੀ ਸ਼ੈਤਾਨੀ ਹੈ ਜਾਂ ਹਨੀਪ੍ਰੀਤ ਗਲਤ ਹੈ, ਤਾਂ ਉਹਨੂੰ ਗੁਰੂ ਪਿਤਾ ਜੀ ਨੇ ਆਪਣੀ ਬੇਟੀ ਕਿਉਂ ਬਣਾਇਆ? ਤਾਂ ਅਸੀਂ ਇਹਦਾ ਜਵਾਬ ਬਹੁਤ ਵਾਰੀ ਦਿੰਦੇ ਹਾਂ, ਅਕਸਰ ਹੀ ਦਿੰਦੇ ਹਾਂ, ਕਿ ਸੰਤ ਕੀ ਹੁੰਦੇ ਆ? ਸੰਤ ਤਾਂ ਜਿਹੜੇ ਸੱਚੇ ਸੰਤ ਹੈ, ਇੱਕ ਪਾਰਸ ਦੀ ਤਰ੍ਹਾਂ ਹੁੰਦੇ ਆ। ਗੁਰੂ ਪਿਤਾ ਜੀ ਕਹਿੰਦੇ ਹੁੰਦੇ ਸੀ ਜਿਹੜਾ ਪਾਰਸ ਹੈ ਬੇਟਾ, ਪਾਰਸ ਦੇ ਵਿੱਚ ਇੱਕ ਗੁਣ ਹੁੰਦਾ ਹੈ, ਪਾਰਸ ਦੇ ਵਿੱਚ ਇੱਕ ਗੁਣ ਹੈ ਕਿ ਉਹਨੇ ਲੋਹੇ ਨੂੰ ਸੋਨਾ ਕਰ ਦੇਣਾ ਹੁੰਦਾ ਹੈ। ਪਾਰਸ ਇਹ ਨਹੀਂ ਦੇਖਦਾ ਵੀ ਇਹ ਕਸਾਈ ਦਾ ਛੁਰਾ ਹੈ, ਕਸਾਈ ਦੀ ਛੁਰੀ ਹੈ, ਤੇ ਜਾਂ ਮੰਦਿਰ ਦੀ ਘੰਟੀ ਹੈ। ਇਹ ਗੁਰੂ ਪਿਤਾ ਜੀ ਅਕਸਰ ਹੀ ਆਪਾਂ ਨੂੰ ਸਤਸੰਗ ਦੇ ਵਿੱਚ ਦੱਸਦੇ ਹੁੰਦੇ ਸੀ। ਸੱਚੇ ਸੰਤ ਤਾਂ ਇੱਕ ਪਾਸ ਦੀ ਤਰ੍ਹਾਂ ਹੈ, ਉਹਦੀ ਸਤਸੰਗ ਦੇ ਵਿੱਚ ਚਾਹੇ ਕੋਈ ਬੁਰਾ ਚੱਲ ਕੇ ਆਉਂਦਾ, ਚਾਹੇ ਕੋਈ ਬੁਰੀ ਨੀਅਤ ਨਾਲ ਚੱਲ ਕੇ ਆਉਂਦਾ, ਚਾਹੇ ਕੋਈ ਪਾਪੀ ਚੱਲ ਕੇ ਆਉਂਦਾ, ਕੋਈ ਠੱਗ ਚੱਲ ਕੇ ਆਉਂਦਾ, ਉਹ ਤਾਂ ਸਭ ਨੂੰ ਇੱਕੋ ਜਿਹਾ ਨਾਮ ਦਿੰਦੇ ਆ, ਇੱਕੋ ਜਿਹਾ ਆਸ਼ੀਰਵਾਦ ਦਿੰਦੇ ਆ, ਇੱਕੋ ਜਿਹੇ ਵਚਨ ਕਰਦੇ ਆ, ਇੱਕੋ ਜਿਹੀ ਦ੍ਰਿਸ਼ਟੀ ਪਾਉਂਦੇ ਆ। ਇਹ ਅੱਗੇ ਬੰਦੇ ਦੀ ਜਿਹੜੀ ਜੋ ਵੀ ਆਉਣ ਵਾਲੇ ਦੀ ਭਾਵਨਾ ਹੈ, ਉਹਦੀ ਭਾਵਨਾ ਜਿਹੋ ਜਿਹੀ ਹੁੰਦੀ ਹੈ, ਸਤਸੰਗ ਦੇ ਵਿੱਚ ਉਹ ਜਿਹੋ ਜਿਹੀ ਭਾਵਨਾ ਲੈ ਕੇ ਆਉਂਦਾ, ਜਾਂ ਗੁਰੂ ਪਿਤਾ ਜੀ ਕੋਲੇ ਸੇਵਾਦਾਰ ਹੈ ਕੋਈ, ਜਿਵੇਂ ਆਪਣੇ ਮੋਹਿਤ ਬੇਟੇ ਨੇ ਹੁਣੇ ਤੁਹਾਨੂੰ ਇੱਕ ਕਹਾਣੀ ਸੁਣਾਈ ਵੀ ਉਹ ਸੇਵਾਦਾਰ ਸੀ, ਗੁਰੂ ਪਿਤਾ ਜੀ ਦੇ ਨਾਲ ਰਹਿ ਕੇ ਸੇਵਾ ਕਰਦਾ ਸੀ, ਤਾਂ ਕਿਵੇਂ ਉਹਨੇ ਐਡਾ ਵੱਡਾ ਕੋਈ ਪਾਪ ਕੀਤਾ ਹੋਇਆ ਸੀ, ਤੇ ਕਿਵੇਂ ਗੁਰੂ ਪਿਤਾ ਜੀ ਨੇ ਉਸ ਬਾਂਦਰੀ ਦਾ ਉਧਾਰ ਕੀਤਾ, ਤੇ ਉਸ ਤੋਂ ਬਾਅਦ ਉਹ ਸੇਵਾਦਾਰ ਦਾ ਕਿਉਂਕਿ ਪਰਦਾ ਚੁੱਕਿਆ ਗਿਆ, ਇਸੇ ਕਰਕੇ ਉਹਨੂੰ ਮਤਲਬ ਬਾਹਰ ਕੱਢ ਦਿੱਤਾ ਗਿਆ ਸੇਵਾ ਤੋਂ।
ਤਾਂ ਸਤਿਗੁਰ ਕਦੇ ਕਿਸੇ ਦਾ ਸੰਤ ਹੈ ਕਿਸੇ ਦੇ ਪਰਦੇ ਨਹੀਂ ਚੱਕਦੇ। ਇੱਕ ਵਾਰੀ ਕਿਸੇ ਨੇ ਗੁਰੂ ਪਿਤਾ ਜੀ ਨੂੰ ਸਵਾਲ ਪੁੱਛਿਆ ਵੀ ਜੋ ਇਹ ਸੇਵਾਦਾਰ ਆ ਜਾਂ ਜ਼ਿੰਮੇਵਾਰ ਇਹ ਤੁਸੀਂ ਬਣਾਏ ਹੋਏ ਆ ਤੇ ਫਿਰ ਤੁਸੀਂ ਇਹਨਾਂ ਨੂੰ ਮਤਲਬ ਕਿ ਐਂ ਕਿਉਂ ਕਹਿਣ ਲੱਗ ਜਾਂਦੇ ਵੀ ਇਹ ਤੁਹਾਡੇ ਕਹਿਣ ਤੇ ਕੰਮ ਨਹੀਂ ਕਰਦੇ ਜਾਂ, ਤਾਂ ਉੱਥੇ ਵੀ ਗੁਰੂ ਪਿਤਾ ਜੀ ਨੇ ਵਚਨ ਕੀਤੇ ਸੀ। ਹੋ ਸਕਦਾ ਇਹਨਾਂ ਦੀ ਕੋਈ ਪਿਛਲੀ ਭਗਤੀ ਹੋਵੇ ਜਾਂ ਹੋ ਸਕਦਾ ਕਿਸੇ ਸਮੇਂ ਗੁਰੂ ਨੇ ਇਹਨਾਂ ਨਾਲ ਕੋਈ ਵਾਅਦਾ ਕੀਤਾ ਹੋਵੇ, ਇਸੇ ਕਰਕੇ ਗੁਰੂ ਨਾਲ ਸੇਵਾ ਕਰ ਰਹੇ ਹੋਣ। ਪਰ ਇਹ ਨਹੀਂ ਹੈ ਕਿ ਜੇ ਕੋਈ ਗੁਰੂ ਨਾਲ ਰਹਿ ਕੇ ਬੁਰਾ ਕਰਮ ਕਰ ਰਿਹਾ ਤਾਂ ਉਹਨੂੰ ਉਹਦੀ ਜਿਹੜੀ ਸਜ਼ਾ ਨਹੀਂ ਮਿਲੂਗੀ। ਉਹ ਜੇ ਬੁਰਾ ਕਰਮ ਕਰ ਰਿਹਾ ਤਾਂ ਉਹਨੂੰ ਸਜ਼ਾ ਵੀ ਜ਼ਰੂਰ ਮਿਲੂਗੀ, ਕਿਉਂਕਿ ਮਨ, ਫਿਰ ਉੱਥੇ ਗੁਰੂ ਪਿਤਾ ਜੀ ਨੇ ਇੱਕ ਵਚਨ ਕਰੇ ਸੀ, ਮਨ ਹਰ ਇੱਕ ਦੇ ਅੰਦਰ ਬੈਠਾ। ਠੀਕ ਹੈ, ਉਹਨੂੰ ਸੇਵਾ ਮਿਲ ਗਈ, ਉਹਦਾ ਕੋਈ ਪਿਛਲੇ ਕਰਮ ਸੀ, ਉਹਨੇ ਕੋਈ ਪਿਛਲੀ ਭਗਤੀ ਕੀਤੀ ਸੀ, ਗੁਰੂ ਨਾਲ ਰਹਿਣ ਦੀ, ਗੁਰੂ ਕੋਲ ਰਹਿ ਕੇ ਸੇਵਾ ਕਰਨ ਦਾ ਉਹਨੂੰ ਮੌਕਾ ਮਿਲ ਗਿਆ। ਪਰ ਮਨ ਤਾਂ ਕਹਿੰਦੇ ਹਰ ਇੱਕ ਦੇ ਅੰਦਰ ਹੈ ਨਾ, ਕਹਿੰਦੇ ਮਨ ਦਾ ਕੀ ਭਰੋਸਾ, ਮਨ ਦਾ ਕੋਈ ਭਰੋਸਾ ਨਹੀਂ। ਕਿਹੜੇ ਵੇਲੇ ਚਾਰੇ ਖਾਨੇ ਗੁਰੂ ਪਿਤਾ ਜੀ ਕਹਿੰਦੇ ਸੀ ਚਿੱਤ ਕਰ ਦੇਵੇ। ਇਹੀ ਹਨੀਪ੍ਰੀਤ ਦਾ ਸਿਸਟਮ ਸੀ। ਜਦੋਂ ਇਹਦੀ ਆਪਦੇ ਸਹੁਰੇ ਪਰਿਵਾਰ ਨਾਲ ਲੜਾਈ ਰਹਿਣ ਲੱਗ ਗਈ ਤਾਂ ਉਹ ਵੀ ਬਾਅਦ ਦੇ ਵਿੱਚ ਸਾਰੀਆਂ ਗੱਲਾਂ ਬਾਹਰ ਆਈਆਂ ਕਿ ਉਹ ਵੀ ਇੱਕ ਡਰਾਮਾ ਰਚਿਆ ਗਿਆ ਇਹਦਾ, ਲੜਾਈ ਕਰਨਾ ਇਹਦਾ ਆਪਦੇ ਸਹੁਰੇ ਪਰਿਵਾਰ ਨਾਲ। ਉਸ ਤੋਂ ਬਾਅਦ ਇੰਨੀ ਕੁ ਜ਼ਿਆਦਾ ਇਹਦੀ ਲੜਾਈ ਵੱਧ ਗਈ ਕਿ ਇੱਕ ਰਾਤ ਨੂੰ ਮਤਲਬ ਕਿ ਇਹ ਲੜ ਕੇ ਆਪਣੇ ਸਹੁਰੇ ਪਰਿਵਾਰ ਤੋਂ ਬਾਹਰ ਸੜਕ ਤੇ ਆ ਗਈ ਤਾਂ ਗੁਰੂ ਪਿਤਾ ਜੀ ਨੂੰ ਕਿਸੇ ਨੇ ਦੱਸਤਾ ਵੀ ਜਿਹੜੀ ਹਨੀਪ੍ਰੀਤ ਆ ਉਹ ਬਾਹਰ ਸੜਕ ਤੇ ਘੁੰਮ ਰਹੀ ਹੈ ਤੇ ਗੁਰੂ ਪਿਤਾ ਜੀ ਗੱਡੀ ਲੈ ਕੇ ਇਹਨੂੰ ਮਤਲਬ ਕਿ ਡੇਰੇ ਲਿਆਏ। ਉਸ ਤੋਂ ਬਾਅਦ ਇਹੀ ਜ਼ਿੰਮੇਵਾਰਾਂ ਨੇ, ਕੁਛ ਜ਼ਿੰਮੇਵਾਰਾਂ ਨੇ ਇੰਨੀ ਕੁ ਮਤਲਬ ਕਿ ਗੁਰੂ ਪਿਤਾ ਜੀ ਨੂੰ ਕੀਤਾ, ਮਜਬੂਰ ਕੀਤਾ ਕਿ ਨਹੀਂ ਜੀ ਤੁਸੀਂ ਇਹਨੂੰ ਬੇਟੀ ਬਣਾਓ, ਇਹਨੂੰ ਬੇਟੀ ਬਣਾਓ, ਜੇ ਤੁਸੀਂ ਇਹਨੂੰ ਆਪਦੀ ਬੇਟੀ ਬਣਾ ਲਓਗੇ ਨਾ ਫਿਰ ਜਿਹੜਾ ਸਹੁਰੇ ਪਰਿਵਾਰ ਦੀ ਲੜਾਈ ਉਹ ਘੱਟ ਜੂ। ਚਲੋ ਗੁਰੂ ਪਿਤਾ ਜੀ ਨੇ, ਆਪਾਂ ਨੂੰ ਵੀ ਪਤਾ ਜਦੋਂ ਗੁਰੂ ਪਿਤਾ ਜੀ ਨੂੰ ਜ਼ਿਆਦਾ ਕੋਈ ਵਾਰ ਵਾਰ ਗੱਲ ਕਹਿੰਦਾ, ਉਹ ਆਇਸ਼ਰ ਟਰੈਕਟਰ ਵਾਲੀ ਉਦਾਹਰਨ ਤਾਂ ਆਪਾਂ ਨੂੰ ਦਿੰਦੇ ਹੁੰਦੇ ਆ ਵੀ ਠੱਪਾ ਗੁਰੂ ਪਿਤਾ ਜੀ ਦਾ ਹਰ ਜਗ੍ਹਾ ਤੇ ਲਵਾਉਂਦੇ ਹੀ ਲਵਾਉਂਦੇ ਸੀ, ਤਾਂ ਗੁਰੂ ਪਿਤਾ ਜੀ ਨੇ ਇਹਨੂੰ ਆਪਣੀ ਬੇਟੀ ਬਣਾਇਆ। ਕਿਉਂਕਿ ਸੰਤ ਜੋ ਹੁੰਦੇ ਆ ਕਦੇ ਕਿਸੇ ਦਾ ਨਾ ਤਾਂ ਉਹ ਪਰਦਾ ਚੱਕਦੇ ਆ, ਸੰਤ ਦੇ ਸਾਹਮਣੇ ਜਿੰਨਾ ਮਰਜ਼ੀ ਕੋਈ ਬੁਰਾ ਇਨਸਾਨ ਆ ਜੇ ਉਹ ਇਹਨੂੰ ਇਹ ਨਹੀਂ ਕਹਿੰਦੇ ਨਾਲ ਦੀ ਨਾਲ ਵੀ ਤੇਰੇ ਤਾਂ ਇੰਨੇ ਬੁਰੇ ਕਰਮ ਆ, ਜਾਂ ਤਾਂ ਤੂੰ ਇੰਨਾ ਬੁਰਾ ਹੈ ਤੇ ਤੈਨੂੰ ਤਾਂ ਇਹ ਫਲ ਮਿਲੂਗਾ ਜਾਂ ਤੂੰ ਮੈਂ ਅਸੀਂ ਤੁਹਾਨੂੰ ਆਪਦੇ ਨਾਲ ਨਹੀਂ ਰੱਖਣਾ। ਸੰਤ ਦਾ ਤਾਂ ਸੁਭਾਅ ਹੈ, ਉਹਨੇ ਤਾਂ ਹਰ ਇੱਕ ਨੂੰ ਅਪਣਾਉਣਾ ਹੀ ਅਪਣਾਉਣਾ ਹੈ। ਤਾਂ ਜਦੋਂ ਗੁਰੂ ਪਿਤਾ ਜੀ ਨੇ ਇਹਨੂੰ ਆਪਣੀ ਬੇਟੀ ਬਣਾਇਆ ਤਾਂ ਉਸ ਤੋਂ ਬਾਅਦ ਇਹਨਾਂ ਨੇ ਇੱਕ ਹੋਰ ਡਰਾਮਾ ਖੇਡਿਆ। ਫਿਰ ਜ਼ਿੰਮੇਵਾਰਾਂ ਨੇ ਇਹਨੂੰ ਗੁਰ ਬ੍ਰਹਮਚਾਰੀ ਤੇ ਸਤ ਬ੍ਰਹਮਚਾਰੀ ਦਾ ਪ੍ਰਸ਼ਾਦ ਦਵਾਇਆ ਗਿਆ। ਮਾਰਚ ਲਾਸਟ ਜੋ ਮਾਰਚ ਦਾ ਸਤਸੰਗ ਸੀ, ਉਹਦਾ ਜੋ ਆਖਰੀ ਮੀਟਿੰਗ ਸੀ ਤੇਰਾ ਵਾਸ ਦੀ ਸੇਵਾਦਾਰਾਂ ਦੀ, ਤਾਂ ਉਦੋਂ 2015 ਦੇ ਵਿੱਚ ਇਹਨੇ ਗੁਰ ਬ੍ਰਹਮਚਾਰੀ ਤੇ ਸਤ ਬ੍ਰਹਮਚਾਰੀ ਦਾ ਪ੍ਰਸ਼ਾਦ ਲਿਆ। ਉਦੋਂ ਇਹਨੇ ਗੁਰੂ ਪਿਤਾ ਜੀ ਨੂੰ ਇਹ ਕਿਹਾ ਵੀ ਮੈਂ ਤਾਂ ਸਹੁਰੇ ਪਰਿਵਾਰ ਨਾਲ ਤਾਂ ਇਹਨੇ ਤਲਾਕ ਦਾ ਕੇਸ ਪਾ ਦਿੱਤਾ, ਉਹਨਾਂ ਤੇ ਦਾਜ ਦਹੇਜ ਦਾ ਕੇਸ ਪਾ ਦਿੱਤਾ, ਕੁੱਟਮਾਰ ਦਾ ਕੇਸ ਪਾ ਦਿੱਤਾ, ਹਰ ਤਰ੍ਹਾਂ ਨਾਲ ਉਹਨਾਂ ਨੂੰ ਉਲਝਾ ਦਿੱਤਾ ਗਿਆ ਆਪਣੇ ਸਹੁਰੇ ਪਰਿਵਾਰ ਨੂੰ। ਤਾਂ ਉਸ ਤੋਂ ਬਾਅਦ ਇਹ ਕਹਿੰਦੀ ਮੈਂ ਤਾਂ ਹੁਣ ਜੀ ਸਤ ਬ੍ਰਹਮਚਾਰੀ ਤੇ ਗੁਰ ਬ੍ਰਹਮਚਾਰੀ ਕਰੂੰਗੀ, ਮੈਂ ਤਾਂ ਫ੍ਰੀ ਹਾਂ, ਮੈਂ ਤਾਂ ਹੁਣ ਕਰੂੰ ਸੇਵਾ। ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਇੱਕ ਹੋਰ ਨਵੀਂ ਚਾਲ ਚੱਲੀ। ਸਾਰੀ ਸੰਗਤ ਨੂੰ ਪਤਾ ਹੈ, ਸੇਵਾਦਾਰਾਂ ਜੋ ਅੰਦਰ ਮੀਟਿੰਗ ਦੇ ਵਿੱਚ ਉੱਥੇ ਬੈਠੇ ਸੀ ਮਾਰਚ ਆਖਰੀ ਮਹੀਨੇ ਦੀ, ਜੋ ਸ਼ਾਇਦ 29 ਜਾਂ 30 ਮਾਰਚ ਹੋਵੇਗੀ, ਤਾਂ ਉਹਦਾ ਜੋ ਸਤਸੰਗ ਸੀ 2015 ਦਾ, ਉਹਦੀ ਲਾਸਟ ਮੀਟਿੰਗ ਸੀ ਤੇਰਾ ਵਾਸ ਦੀ, ਤਾਂ ਫਿਰ ਜਗਜੀਤ ਮਾਈਕ ਦੇ ਵਿੱਚ ਬੋਲਦਾ ਹੈ। ਸਾਧ ਸੰਗਤ ਨੂੰ ਕੁਝ ਨਹੀਂ ਪਤਾ ਸੀ, ਪਰ ਜਗਜੀਤ ਕੀ ਬੋਲਦਾ, ਪਹਿਲਾਂ ਇਹ ਪ੍ਰਸ਼ਾਦ ਰਹਿੰਦੀ ਹੈ, ਜਗਜੀਤ ਨਾਲ ਦੀ ਨਾਲ ਮਾਈਕ ਦੇ ਵਿੱਚ ਬੋਲਦਾ ਹੈ ਪਿਤਾ ਜੀ ਨੂੰ ਵੀ ਪਿਤਾ ਜੀ ਸਾਧ ਸੰਗਤ ਚਾਹੁੰਦੀ ਹੈ ਹਨੀਪ੍ਰੀਤ ਤੇਰਾ ਵਾਸ ਦੇ ਵਿੱਚ ਰਹੂਗੀ, ਕਿਉਂਕਿ ਤੁਹਾਡੇ ਜਿਹੜਾ ਹੈਗਾ ਕੇਅਰ ਕਰਨ ਵਾਲਾ ਕੋਈ ਨਹੀਂ ਹੈ, ਤੁਸੀਂ ਬਹੁਤ ਜ਼ਿਆਦਾ ਸਮਾਂ ਜਿਹੜਾ ਸਾਧ ਸੰਗਤ ਦੀ ਸੇਵਾ ਚਲਾਉਣੇ ਆ, ਤੁਸੀਂ ਆਪਦੇ ਖਾਣ ਪੀਣ ਤੇ ਸਿਹਤ ਦਾ ਧਿਆਨ ਨਹੀਂ ਰੱਖਦੇ, ਇਸੇ ਕਰਕੇ ਸਾਧ ਸੰਗਤ ਚਾਹੁੰਦੀ ਹੈ। ਹਾਲਾਂਕਿ ਸਾਧ ਸੰਗਤ ਨੂੰ 0% ਵੀ ਕੁਛ ਵੀ ਨਹੀਂ ਪਤਾ ਸੀ, ਪਰ ਨਾਮ ਤੇਰਾ ਵਾਸ ਦੇ ਵਿੱਚ ਜਗਜੀਤ ਨੇ ਇੰਨਾ ਵੱਡਾ ਝੂਠ ਬੋਲਿਆ ਕਿ ਗੁਰੂ ਪਿਤਾ ਜੀ ਸਾਹਮਣੇ ਬੈਠੇ ਆ, ਸਤਿਗੁਰ ਦਾ ਤੇਰਾ ਵਾਸ ਹੈ ਔਰ ਸਤਿਗੁਰ ਸਾਹਮਣੇ ਬੈਠਾ ਔਰ ਖੁਦਾ ਰੂਪੀ ਸਾਧ ਸੰਗਤ ਭਗਵਾਨ ਰੂਪੀ ਸਾਧ ਸੰਗਤ ਦਾ ਨਾਂ ਲੈ ਕੇ ਕਿੱਡਾ ਵੱਡਾ ਝੂਠ ਬੋਲਿਆ ਗਿਆ ਕਿ ਸਾਧ ਸੰਗਤ ਚਾਹੁੰਦੀ ਹੈ ਕਿ ਹਨੀਪ੍ਰੀਤ ਤੇਰਾ ਵਾਸ ਦੇ ਵਿੱਚ ਰਹੂ ਤੁਹਾਡੀ ਕੇਅਰ ਰੱਖਣ ਵਾਸਤੇ ਜਾਂ ਤੁਹਾਡੀ ਮਤਲਬ ਕਿ ਰੋਟੀ ਪਾਣੀ ਦਾ ਧਿਆਨ ਰੱਖਣ ਵਾਸਤੇ। ਤੇ ਉਸ ਤੋਂ ਬਾਅਦ ਨਾਲ ਦੀ ਨਾਲ ਜਦੋਂ ਗੁਰੂ ਪਿਤਾ ਜੀ ਕਹਿੰਦੇ ਚਲੋ ਭਾਈ ਜਿਵੇਂ ਸਾਧ ਸੰਗਤ ਚਾਹੁੰਦੀ ਹੋਵੇ ਮਰਜ਼ੀ, ਉਸ ਤੋਂ ਬਾਅਦ ਨਾਲ ਦੀ ਨਾਲ ਹੀ ਜਗਜੀਤ ਨੇ ਇੱਕ ਗੱਲ ਹੋਰ ਕਹਿਤੀ ਵੀ ਪਿਤਾ ਜੀ ਇਹ ਤਾਂ ਜਿਵੇਂ ਮਤਲਬ ਕਿ ਪਹਿਲਾਂ ਕੱਪੜੇ ਪਹਿਨਦੀ ਸੀ ਨਾ ਡਰੈਸਿਸ ਪਹਿਨਦੀ ਸੀ ਆਈ ਪਹਿਨਿਆ ਕਰੂਗੀ, ਇਹ ਵੀ ਸਾਧ ਸੰਗਤ ਚਾਹੁੰਦੀ ਹੈ। ਜਦੋਂ ਕਿ ਇਸ ਗੱਲਾਂ ਨਾਲ ਨਾ ਹੀ ਸਾਧ ਸੰਗਤ ਨੂੰ ਕੋਈ ਮਤਲਬ ਸੀ ਨਾ ਹੀ ਸਾਧ ਸੰਗਤ ਨੂੰ ਕੁਝ ਪਤਾ ਸੀ। ਹਾਂ 10-15 ਬੰਦੇ ਇਹਨਾਂ ਨੇ ਭੈਣਾਂ ਵੱਲ ਤੇ 10-15 ਭੈਣਾਂ ਵੱਲ ਤੇ ਜਿਹੜੇ ਭਾਈਆਂ ਵੱਲ ਭਾਈ ਬਿਠਾਏ ਹੋਏ ਸੀ ਉਹਨਾਂ ਨੇ ਅੱਗੋਂ ਅੱਗੋਂ ਹੱਥ ਖੜੇ ਕਰ ਦਿੱਤੇ
ਦਿੰਦੇ ਤੇ ਮਗਰਲੀ ਸੰਗਤ ਨੂੰ ਤਾਂ ਕਈ ਵਾਰੀ ਪਤਾ ਵੀ ਨਹੀਂ ਲੱਗਦਾ ਸੀ, ਉਹ ਵੀ ਉਵੇਂ ਮਗਰ ਹੱਥ ਖੜੇ ਕਰ ਦਿੰਦੇ ਸੀ। ਤਾਂ ਇਸ ਤਰ੍ਹਾਂ ਦੇ ਡਰਾਮੇ ਖੇਡੇ ਗਏ। ਉਸ ਤੋਂ ਬਾਅਦ ਜਦੋਂ 2015 ਦੇ ਵਿੱਚ ਇਹ ਆ ਜਾਂਦੀ ਹੈ, ਉਸ ਤੋਂ ਬਾਅਦ ਇਹ ਪੂਰੀ ਤਰ੍ਹਾਂ ਬਹੁਤ ਜਲਦੀ ਹੈ ਜਿਹੜੀ, ਇਹ ਨਹੀਂ ਹੈ ਇਹ ਇਕੱਲੀ ਥੋੜੀ ਇੰਨਾ ਕੁਛ ਕਰ ਸਕਦੀ ਸੀ, ਇਹਦਾ ਮਤਲਬ ਜਿਹੜੇ ਆਸੇ ਪਾਸੇ ਹੋਰ ਵੀ, ਚਾਹੇ ਰਕੇਸ਼ ਵਰਗੇ ਸੀ ਚਾਹੇ ਜਗਜੀਤ ਵਰਗੇ ਸੀ, ਜਿੰਨੇ ਵੀ ਐਡਮ ਬਲੋਕ ਦੇ ਉਸ ਟਾਈਮ ਜ਼ਿੰਮੇਵਾਰ ਸੀ, ਉਹ ਵੀ ਤਾਂ ਸਾਰੇ ਫਿਰ ਹਨੀਪ੍ਰੀਤ ਦੇ ਨਾਲ ਹੀ ਸੀ ਨਾ। ਇਸੇ ਕਰਕੇ ਇਹਨਾਂ ਨੇ ਗੁਰੂ ਪਿਤਾ ਜੀ ਤਾਂ ਇੰਨਾ ਕੁ ਸਿਕੰਜਾ ਕਸ ਦਿੱਤਾ ਗਿਆ। ਸਾਰੀ ਸਾਹ ਸੰਗਤ ਇਹਨਾਂ ਗੱਲਾਂ ਨੂੰ ਜਾਣਦੀ ਹੈ ਕਿ ਹਨੀਪ੍ਰੀਤ ਦੇ ਆਉਣ ਤੋਂ ਪਹਿਲਾਂ ਗੁਰੂ ਪਿਤਾ ਜੀ ਇਕੱਲੇ ਇਕੱਲੇ ਨੂੰ ਵੀ ਮਿਲ ਲੈਂਦੇ ਸੀ ਤੇਰਾ ਵਾਸ ਦੇ ਵਿੱਚ, ਜਾਂ ਬਾਹਰ ਵੀ ਮਿਲ ਲੈਂਦੇ ਸੀ। ਗੁਰੂ ਪਿਤਾ ਜੀ ਪਰਿਵਾਰਾਂ ਨੂੰ ਵੀ ਇਕੱਲਿਆਂ ਇਕੱਲਿਆਂ ਨੂੰ ਮਿਲ ਲੈਂਦੇ ਸੀ। ਗੁਰੂ ਪਿਤਾ ਜੀ ਕੋਲੇ ਕੋਈ ਪਰਚੀ ਭੇਜਣਾ ਚਾਹੁੰਦਾ ਸੀ ਆਪਣੀ ਕੋਈ ਵੀ ਸਮੱਸਿਆ, ਤੇ ਗੁਰੂ ਪਿਤਾ ਜੀ ਕੋਲੇ ਪਰਚੀ ਵੀ ਜਾਂਦੀ ਸੀ, ਉਹਦਾ ਜਵਾਬ ਵੀ ਆਉਂਦਾ ਸੀ। ਪਰ ਜਦੋਂ ਹਨੀਪ੍ਰੀਤ ਆ ਗਈ, ਉਸ ਤੋਂ ਬਾਅਦ ਇਹ ਸਾਰਾ ਸਿਸਟਮ ਬੰਦ ਕਰ ਦਿੱਤਾ ਗਿਆ। ਗੁਰੂ ਪਿਤਾ ਜੀ ਨੂੰ ਕਦੇ ਵੀ ਕਿਸੇ ਇਕੱਲੇ ਮਤਲਬ ਕਿ ਪ੍ਰੇਮੀ ਨੂੰ ਜਾਂ ਸੇਵਾਦਾਰ ਨੂੰ ਮਿਲਣ ਨਹੀਂ ਦਿੱਤਾ ਗਿਆ। ਗੁਰੂ ਪਿਤਾ ਜੀ ਨੂੰ ਕਦੇ ਇਕੱਲੇ ਪਰਿਵਾਰ ਨੂੰ ਨਹੀਂ ਮਿਲਣ ਦਿੱਤਾ ਗਿਆ। ਗੁਰੂ ਪਿਤਾ ਜੀ ਦੇ ਕੋਲ ਕਦੇ ਕੋਈ ਪਰਚੀ ਨਹੀਂ ਜਾਣ ਦਿੱਤੀ, ਉਹ ਸਾਰੀਆਂ ਪਰਚੀਆਂ ਆ ਕੇ ਹਨੀਪ੍ਰੀਤ ਕੋਲੇ ਰੁਕ ਜਾਂਦੀਆਂ ਸੀ। ਤਾਂ ਹਨੀਪ੍ਰੀਤ ਦੀ ਮਤਲਬ ਇਹ ਮਰਜ਼ੀ ਹੁੰਦੀ ਸੀ, ਜੇ ਤਾਂ ਕੋਈ ਮਤਲਬ ਹੈ ਕੋਈ ਇਹੋ ਜਿਹੀ ਜਿਹਦੇ 'ਚ ਉਹਦੀ ਵਡਿਆਈ ਜਾਂ ਸੇਵਾਦਾਰਾਂ ਦੇ ਐਡਮ ਬਲੋਕ ਦੀ ਵਡਿਆਈ ਹੋਵੇ, ਉਹ ਤਾਂ ਚਲੀ ਜਾਂਦੀ ਸੀ। ਅਦਰਵਾਈਜ਼ ਕੋਈ ਵੀ ਪਰਚੀ ਗੁਰੂ ਪਿਤਾ ਜੀ ਕੋਲ ਨਹੀਂ ਜਾਂਦੀ ਸੀ। ਇਹ ਵੀ ਸਤਸੰਗ ਦੇ ਵਿੱਚ ਹੋਣ ਲੱਗ ਗਿਆ ਸੀ। ਸਤਸੰਗ ਦੇ ਵਿੱਚ ਜਿਹੜੀਆਂ ਪਰਚੀਆਂ ਜਾਂਦੀਆਂ ਸੀ, ਗੁਰੂ ਪਿਤਾ ਜੀ ਬਾਰ ਬਾਰ ਵਚਨ ਕਰਦੇ ਰਹੇ ਵੀ ਕਿਸੇ ਨੇ ਕੋਈ ਪਰਚੀ ਆਪਦੇ ਕੋਲ ਜ਼ਿੰਮੇਵਾਰ ਨੇ ਨਹੀਂ ਰੱਖਣੀ, ਸਾਡੇ ਕੋਲ ਪਹੁੰਚਦੀ ਕਰਨੇ। ਪਰ ਨਹੀਂ, ਉੱਥੇ ਵੀ ਪਹਿਲਾਂ ਪਰਚੀਆਂ ਸਾਰੀਆਂ ਖੋਲ੍ਹ ਕੇ ਪੜ੍ਹੀਆਂ ਜਾਂਦੀਆਂ ਸੀ। ਜਿਹੜੀ ਕੋਈ ਲੱਗਦਾ ਸੀ ਇਹਨਾਂ ਨੂੰ ਵੀ ਆ ਕਿਤੇ ਵੀ ਸਾਡੀ ਸ਼ਿਕਾਇਤ ਆ ਜਾਂ ਕੋਈ ਗੱਲ ਆ, ਉੱਥੇ ਉਹ ਪਰਚੀ ਗੁਰੂ ਪਿਤਾ ਜੀ ਕੋਲ ਨਹੀਂ ਜਾਂਦੀ ਸੀ। ਉਸ ਤੋਂ ਬਾਅਦ ਸਭ ਤੋਂ ਵੱਡੀ ਜਿਹੜੀ ਹੈਰਾਨੀ ਦੀ ਇੱਕ ਹੋਰ ਗੱਲ ਹੋਈ, ਜਦੋਂ ਹਨੀਪ੍ਰੀਤ ਆ ਗਈ, ਸਾਡੀ ਨਿਗਰਾਨੀ ਸਮਿਤੀ ਸੀ, ਘੱਟੋ ਘੱਟ 322 ਨਿਗਰਾਨੀ ਸਮਿਤੀ ਜਿਹੜੀ ਗੁਰੂ ਪਿਤਾ ਜੀ ਨੇ 1991 ਦੇ ਵਿੱਚ ਖੁਦ ਬਣਾਈ ਸੀ, ਔਰ ਇਹ ਕਹਿ ਕੇ ਨਿਗਰਾਨੀ ਸਮਿਤੀ ਬਣਾਈ ਸੀ ਵੀ ਬੇਟਾ ਤੁਸੀਂ ਸਾਰੀਆਂ ਸਮਤੀਆਂ ਦੇ ਉੱਤੇ ਇੱਥੋਂ ਤੱਕ ਕਿ ਐਡਮ ਬਲੋਕ ਸਭ ਤੇ ਤੁਸੀਂ ਨਜ਼ਰ ਰੱਖਣੀ ਹੈ, ਚਾਹੇ ਉਹ ਸੱਤ ਬ੍ਰਹਮਚਾਰੀ ਚਾਹੇ ਸਕਿਉਰਟੀ ਵਾਲੇ, ਸਾਰੀਆਂ ਸਮਤੀਆਂ ਤੇ ਸਾਰੇ ਡੇਰੇ ਤੇ ਜੋ ਵੀ ਕੰਮ ਹੋਇਆ, ਇੱਕ ਤਰ੍ਹਾਂ ਨਾਲ ਪਿਤਾ ਜੀ ਨੇ CID ਬਣਾਤੀ ਵੀ ਤੁਸੀਂ ਉਹਨਾਂ ਤੇ ਨਜ਼ਰ ਰੱਖਣੀ ਹੈ, ਔਰ ਜਿਹੜੇ ਦਾ ਡੇਰੇ ਦਾ ਮੁੱਖ ਪ੍ਰਬੰਧਕ ਹੈ ਉਹਨੂੰ ਸਾਰੀ ਸੂਚਨਾ ਦੇਣੀ ਹੈ ਜੇ ਕਿਤੇ ਵੀ ਕੋਈ ਗੜਬੜ ਹੋਵੇ, ਔਰ ਜੇ ਡੇਰੇ ਦੇ ਮੁੱਖ ਪ੍ਰਬੰਧ ਦੇ ਪ੍ਰਬੰਧਕ ਦੇ ਵਿੱਚ ਕੋਈ ਤੁਹਾਨੂੰ ਗੜਬੜ ਲੱਗਦੀ ਹੈ ਕਿਤੇ, ਉਦੋਂ ਤੁਸੀਂ ਸਾਨੂੰ ਦੱਸਣਾ, ਔਰ ਸਾਨੂੰ ਵੀ ਗੁਰੂ ਪਿਤਾ ਜੀ ਨੇ ਇੱਥੋਂ ਤੱਕ ਉਦੋਂ ਕਹਿਤਾ ਸੀ ਵੀ ਸਾਨੂੰ ਵੀ ਤੁਸੀਂ ਵਿੱਚ ਲੈਣਾ ਬੇਟਾ, ਜੇ ਸਾਨੂੰ ਤੁਹਾਨੂੰ ਇਹ ਲੱਗੇ ਵੀ ਕਿਤੇ ਅਸੀਂ ਵੀ ਇਸ ਜਗ੍ਹਾ ਤੇ ਵੀ ਸਹੀ ਨਹੀਂ, ਜਾਂ ਸਾਨੂੰ ਲੱਗੇ ਵੀ ਇੱਥੇ ਸੁਧਾਰ ਹੋਣਾ ਚਾਹੀਦਾ, ਜਾਂ ਸਾਨੂੰ ਸੁਝਾਅ ਤੁਸੀਂ ਦੇ ਸਕਦੇ ਆ, ਇਹ ਨਹੀਂ ਤੁਸੀਂ ਕਹਿਣਾ ਵੀ ਸਾਨੂੰ ਸੁਝਾਅ ਨਹੀਂ ਦੇ ਸਕਦੇ। ਤੁਹਾਨੂੰ ਜੇ ਕਿਤੇ ਲੱਗਦਾ ਵੀ ਕੋਈ ਕੰਮ ਵਧੀਆ ਤਰੀਕੇ ਨਾਲ ਹੋ ਸਕਦਾ, ਹੋਰ ਤਰੀਕੇ ਨਾਲ ਵਧੀਆ, ਤੁਸੀਂ ਉੱਥੇ ਸਾਨੂੰ ਵੀ ਸੁਝਾਅ ਦੇ ਸਕਦੇ ਆ। ਗੁਰੂ ਪਿਤਾ ਜੀ ਨੇ ਇੱਥੋਂ ਤੱਕ ਵਚਨ ਕਰਤੇ। ਉਹ ਨਿਗਰਾਨੀ ਸਮਿਤੀ ਜਿਹੜੀ ਗੁਰੂ ਪਿਤਾ ਜੀ ਨੇ ਐਡੀ ਵੱਡੀ ਖੜੀ ਕੀਤੀ 2015 ਦੇ ਵਿੱਚ ਜਦੋਂ ਹਨੀਪ੍ਰੀਤ ਆ ਗਈ, ਉਸ ਤੋਂ ਬਾਅਦ ਉਹ ਸਾਰੀ ਸਮਿਤੀ ਜਗਜੀਤ ਨੇ ਚੱਕ ਕੇ ਮਸਤਾਨਾ ਹੀ ਧਾਮ ਮਾਰੀ, ਔਰ ਮਸਤਾਨਾ ਹੀ ਧਾਮ ਵਿੱਚ ਭੇਜ ਕੇ ਇਹ ਕਹਿ ਦਿੱਤਾ ਗਿਆ ਕਿ ਕਿਸੇ ਨੇ ਵੀ ਸਮਿਤੀ ਦੇ ਇੱਕ ਵੀ ਮੈਂਬਰ ਨੇ ਸ਼ਾਸਤਨਾਮ ਜੀ ਧਾਮ ਗੁਰੂ ਪਿਤਾ ਜੀ ਦੇ ਦਰਸ਼ਨ ਵੀ ਨਹੀਂ ਕਰਨਾ ਆਉਣਾ। ਅਗਰ ਕੋਈ ਜ਼ਿੰਮੇਵਾਰ ਨੂੰ ਇਹ ਕਹਿ ਦਿੱਤਾ ਗਿਆ ਵੀ ਜ਼ਿੰਮੇਵਾਰ ਜਿਹੜਾ ਨਿਗਰਾਨੀ ਸਮਿਤੀ ਦਾ ਉਹਨੂੰ ਜਗਜੀਤ ਨੇ ਇੰਨਾ ਸਖ਼ਤ ਆਦੇਸ਼ ਦਿੱਤਾ ਵੀ ਜੇ ਕੋਈ ਸੇਵਾਦਾਰ ਇਹ ਕਵੇ ਨਾ ਵੀ ਮੈਂ ਸ਼ਾਸਤਨਾਮ ਜੀ ਧਾਮ ਵੀ ਗੁਰੂ ਪਿਤਾ ਜੀ ਦਰਸ਼ਨ ਕਰਨ ਵਾਸਤੇ ਜਾਣਾ, ਉਹਨੂੰ ਕਹਿੰਦਾ ਵੀ ਦਰਸ਼ਨ ਕਰਨ ਵਾਸਤੇ ਇੱਧਰ ਨਹੀਂ ਭੇਜਣਾ, ਉਹਨੂੰ ਤੂੰ ਇਹ ਕਹਿ ਦੇਣਾ ਵੀ ਝੋਲਾ ਚੱਕ ਤੇ ਆਪਦੇ ਘਰੇ ਜਾ, ਮਤਲਬ ਉਹਨੂੰ ਸੇਵਾ ਤੋਂ ਹਟਾ ਦੇਣਾ। ਇੰਨੀ ਸਖਤੀ ਕਰ ਦਿੱਤੀ ਗਈ। ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਇਹੀ ਨਹੀਂ, ਇਸ ਤੋਂ ਬਾਅਦ ਬਲਾਕਾਂ ਦੀਆਂ ਸਾਰੀਆਂ ਕਮੇਟੀਆਂ, ਜਿਹੜੇ ਸੇਵਾਦਾਰ ਸਿਰਫ ਤੇ ਸਿਰਫ ਗੁਰੂ ਪਿਤਾ ਜੀ ਨੂੰ ਪਿਆਰ ਕਰਦੇ ਸੀ ਜਾਂ ਗੁਰੂ ਪਿਤਾ ਜੀ ਦੇ ਮਤਲਬ ਕਿ ਡਰ ਦੇ ਵਿੱਚ ਰਹਿ ਕੇ ਸੇਵਾ ਕਰਦੇ ਸੀ, ਉਹ ਸਾਰੇ ਸੇਵਾਦਾਰ ਸਾਰੇ ਬਲਾਕਾਂ ਦੇ ਵਿੱਚ ਸਾਰੀਆਂ ਸਟੇਟਾਂ ਦੇ ਵਿੱਚ ਹਟਾਏ ਗਏ। ਜਿਹੜੇ ਇਹਨਾਂ ਦੇ ਜੈਸਮੈਨ ਸੀ, ਇਹਨਾਂ ਦੀ ਹਾਂ ਦੇ ਵਿੱਚ ਹਾਂ ਮਿਲਾਉਣ ਵਾਲੇ ਮਤਲਬ ਸੀ, ਉਹ ਰੱਖੇ ਗਏ। ਤਾਂ ਉਸ ਤੋਂ ਵੀ ਬਾਅਦ ਕੀ ਹੋਇਆ, ਇੱਕ ਵਾਰੀ ਮੈਨੂੰ ਕਿਸੇ ਨੇ ਸਵਾਲ ਕੀਤਾ, ਕਹਿੰਦੇ ਭੈਣ ਜੀ ਤੁਸੀਂ ਐਂ ਕਹਿ ਦਿੰਦੇ ਆ ਵੀ ਮਤਲਬ ਹਨੀਪ੍ਰੀਤ ਗਲਤ ਹੈ, ਕਹਿੰਦੇ ਹਨੀਪ੍ਰੀਤ ਨੂੰ ਤਾਂ ਪਿਤਾ ਜੀ ਨਾਲ ਵਾਲੀ ਸੀਟ ਤੇ ਬਿਠਾਉਂਦੇ ਸੀ, ਆਪਦੇ ਨਾਲ ਬਿਠਾਉਂਦੇ ਸੀ। ਤਾਂ ਇਹਦਾ ਵੀ ਗੁਰੂ ਪਿਆਰੀ ਸਾਧ ਸੰਗਤ ਜੀ ਬਹੁਤ ਵੱਡਾ ਰਾਜ ਹੈ, ਗੁਰੂ ਕਦੇ ਵੀ ਜਾਂ ਸੱਚਾ ਸੰਤ ਕਦੇ ਕਿਸੇ ਦਾ ਪਰਦਾ ਨਹੀਂ ਚੱਕਦਾ, ਪਰ ਹਾਂ ਉਹ ਜਿਹੋ ਜਿਹਾ ਮਾਹੌਲ ਹੁੰਦਾ ਫਿਰ ਉਸ ਹਿਸਾਬ ਨਾਲ ਉਹ ਆਪ ਹੀ ਸਿਸਟਮ ਫਿੱਟ ਕਰ ਲੈਂਦੇ ਹੈ। ਇੱਕ ਵਾਰੀ ਮੈਨੂੰ ਇਹ ਖੁਦ ਗੱਲ ਸਿਕਿਉਰਿਟੀ ਵਾਲੇ ਲੜਕੇ ਨੇ ਦੱਸੀ ਸੀ 25 ਅਗਸਤ 2017 ਤੋਂ ਬਾਅਦ ਉਹ ਮੈਨੂੰ ਮਿਲਿਆ ਸੀ।
ਤਾਂ ਉਹਨੇ ਮੈਨੂੰ ਇੱਕ ਵਾਰੀ ਦੱਸਿਆ, ਕਹਿੰਦਾ ਵੀ ਗੁਰੂ ਪਿਤਾ ਜੀ ਤੁਸੀਂ ਦੇਖਦੇ ਹੋ ਜਦੋਂ ਬਾਹਰ ਪਿਤਾ ਜੀ ਕਾਫਲਾ ਲੈ ਕੇ ਜਾਂਦੇ ਸੀਗੇ ਕਿਤੇ ਵੀ ਮਤਲਬ ਕਿ ਟੂਰ ਤੇ, ਤਾਂ 6 ਗੱਡੀਆਂ ਇੱਕੋ ਜਿਹੀਆਂ ਹੁੰਦੀਆਂ ਸੀਗੀਆਂ, ਉਹ ਡੇਰੇ ਮਤਲਬ ਕਿ 13 ਵਾਸ ਦੇ ਅੰਦਰ ਚਲੀਆਂ ਜਾਂਦੀਆਂ ਸੀ, ਤਾਂ ਕਿਸੇ ਨੂੰ ਇਹ ਨਹੀਂ ਪਤਾ ਲੱਗਦਾ ਸੀ, ਇੱਕੋ ਨੰਬਰ ਦੀਆਂ ਗੱਡੀਆਂ ਸੀ, ਕਿਸੇ ਨੂੰ ਇਹ ਨਹੀਂ ਪਤਾ ਲੱਗਦਾ ਸੀ ਕਿ ਗੁਰੂ ਪਿਤਾ ਜੀ ਕਿਹਦੇ ਵਿੱਚ ਬੈਠੇ ਆ। ਇਹ ਥੋੜ੍ਹਾ ਜਿਹਾ ਗੁਰੂ ਪਿਤਾ ਜੀ ਸਿਕਿਉਰਿਟੀ ਨੂੰ ਲੈ ਕੇ ਇਸ ਤਰ੍ਹਾਂ ਕੀਤਾ ਜਾਂਦਾ ਸੀ। ਉਹ ਕਹਿੰਦੇ ਵੀ ਇਸ ਤਰ੍ਹਾਂ ਸਾਰੀਆਂ ਗੱਡੀਆਂ ਜਿਹੜੀਆਂ ਸੀਗੀਆਂ 13 ਵਾਸ ਦੇ ਵਿੱਚ, ਗੁਰੂ ਪਿਤਾ ਜੀ ਜਾ ਕੇ ਕਿਸੇ ਹੋਰ ਮਤਲਬ ਕਿ ਗੱਡੀ ਦੇ ਵਿੱਚ ਬੈਠ ਗਏ। ਰਾਕੇਸ਼ ਨੇ ਗੁਰੂ ਪਿਤਾ ਜੀ ਵਾਸਤੇ ਖੋਲੀ ਸੀ ਜਿਸ ਗੱਡੀ ਦੀ, ਉਸ ਗੱਡੀ ਦੇ ਵਿੱਚ ਸਾਨੂੰ ਬਿਠਾ ਦਿੱਤਾ ਗਿਆ। ਉਸ ਗੱਡੀ ਦੇ ਥੱਲੇ ਜਿੱਥੇ ਗੁਰੂ ਪਿਤਾ ਜੀ ਨੇ ਬੈਠਣਾ ਸੀ, ਉਹ ਸੀਟ ਦੇ ਥੱਲੇ RDX ਸੀ, ਮਤਲਬ ਕਿ ਬਰੂਦ ਜਿਹਨੂੰ ਆਪਾਂ ਕਹਿ ਦਿੰਦੇ ਹਾਂ RDX ਕਹਿੰਦੇ, ਉਹ ਸੀਟ ਦੇ ਥੱਲੇ ਪੂਰਾ ਭਰਿਆ ਹੋਇਆ ਸੀ। ਤਾਂ ਉਸ ਤੋਂ ਬਾਅਦ ਗੁਰੂ ਪਿਤਾ ਜੀ ਨੇ ਕੀ ਕੀਤਾ, ਜਦੋਂ ਗੁਰੂ ਪਿਤਾ ਨੂੰ ਪਤਾ ਲੱਗ ਗਿਆ ਵੀ ਹੁਣ ਇਹ ਸਾਨੂੰ ਮਤਲਬ ਕਿ ਕਿਸੇ ਨਾ ਕਿਸੇ ਹਰ ਕੋਸ਼ਿਸ਼ ਕਰ ਰਿਹਾ ਵੀ ਸਾਨੂੰ ਖਤਮ ਕਰਨ ਦੀ, ਕਿਉਂਕਿ ਉਸ ਦਿਨ ਜੇ ਗੁਰੂ ਪਿਤਾ ਜੀ ਉਸ ਗੱਡੀ ਚ ਬੈਠ ਜਾਂਦੇ ਤਾਂ ਇਹਨਾਂ ਨੇ ਜਿਹੜਾ ਸੀ ਉਹ ਧਮਾਕਾ ਕਰਨਾ ਹੀ ਕਰਨਾ ਸੀ। ਤਾਂ ਨਾਮ ਚਾਹੇ ਬਾਹਰ ਕਿਸੇ ਦਾ ਵੀ ਲੱਗਦਾ, ਪਰ ਉਹ ਆਲਰੇਡੀ ਜਦੋਂ 13 ਵਾਸ ਚ ਗੱਡੀ ਗਈ ਆ ਉਦੋਂ ਹੀ ਉਹਦੇ ਵਿੱਚ ਬਰੂਦ ਸੀ। ਤਾਂ ਗੁਰੂ ਪਿਆਰੀ ਸਾਹਿਬ ਸੰਗ ਜਦੋਂ ਇੱਥੋਂ ਤੱਕ ਸਾਰਾ ਜਿਹੜੀਆਂ ਘਟਨਾਵਾਂ ਘਟਣ ਲੱਗ ਗਈਆਂ, ਆਪਾਂ ਐਮ ਜੀ ਅਵਿਆਨ ਫਿਲਮ ਦੇ ਵਿੱਚ ਵੀ ਸਾਰਾ ਕੁਝ ਦੇਖਿਆ ਏ, ਕੋਈ ਇਹ ਨਹੀਂ ਹੈ ਕਿ ਮੈਂ ਤੁਹਾਨੂੰ ਜੋ ਦੱਸ ਰਹੀ ਹਾਂ ਵੀ ਤੁਹਾਨੂੰ ਲੱਗੇ ਸ਼ਾਇਦ ਝੂਠ। MSG 1 ਫਿਲਮ ਦੇ ਵਿੱਚ ਕੱਲੀ ਕੱਲੀ ਚੀਜ਼ ਪਿਤਾ ਨੇ ਦਿਖਾਈ ਹੈ। ਤਾਂ ਉਸ ਤੋਂ ਬਾਅਦ ਗੁਰੂ ਪਿਤਾ ਜੀ ਜਦੋਂ ਇਹ ਘਟਨਾ ਘਟੀ 13 ਵਾਸ ਦੇ ਵਿੱਚ, ਤਾਂ ਗੁਰੂ ਪਿਤਾ ਨੇ ਉਸ ਤੋਂ ਬਾਅਦ ਹਨੀਪ੍ਰੀਤ ਨੂੰ ਆਪਦੇ ਬਰਾਬਰ ਬਿਠਾਉਣ ਲੱਗ ਗਏ। ਗੁਰੂ ਪਿਤਾ ਜੀ ਬਰਾਬਰ ਸੀਟ ਤੇ ਇਸ ਕਰਕੇ ਬਿਠਾਉਂਦੇ ਸੀ, ਇਹ ਨਹੀਂ ਕਿ ਬਾਹਲੀ ਪਿਆਰੀ ਸੀ ਤਾਂ ਬਿਠਾਉਂਦੇ ਸੀ, ਇਸ ਕਰਕੇ ਬਿਠਾਉਂਦੇ ਸੀ ਵੀ ਜੇ ਇਹੋ ਜਿਹਾ ਦੁਬਾਰਾ ਇਹ ਕਰਨਗੇ ਵੀ ਸਾਡੀ ਸੀਟ ਦੇ ਥੱਲੇ ਜੇ ਲਾਉਣਗੇ ਨਾ ਬਰੂਦ, ਤੇ ਫਿਰ ਬਚਦੀ ਹਨੀਪ੍ਰੀਤ ਵੀ ਨਹੀਂ। ਕਿਉਂਕਿ ਗੁਰੂ ਪਿਤਾ ਜੀ ਨੂੰ ਪਤਾ ਸੀ ਵੀ ਇਹ ਜਿਹੜੀ ਸਾਜਿਸ਼ ਅਸਲ ਸਾਜਿਸ਼ ਖੇਡ ਰਹੀ ਹੈ ਹਨੀਪ੍ਰੀਤ ਖੇਡ ਰਹੀ ਹੈ, ਇਸੇ ਕਰਕੇ ਗੁਰੂ ਪਿਤਾ ਜੀ ਇਹਨੂੰ ਨਾਲ ਰੱਖਦੇ ਸੀ, ਕਿਉਂਕਿ ਜਿਹੜਾ ਬਾਰ ਬਾਰ ਅਟੈਕ ਹੋ ਰਿਹਾ ਸੀ ਨਾ, ਪਰ ਗੁਰੂ ਪਿਤਾ ਜੀ ਸਭ ਸਮਝਦੇ ਸੀ ਵੀ ਫਿਰ ਉਹਨਾਂ ਨੂੰ ਇਹ ਸੀ ਫਿਰ ਨਾਲ ਘੱਟੋ ਘੱਟ ਇਹਨੂੰ ਜਦੋਂ ਇਹਨੂੰ ਆਪਦੀ ਜਾਨ ਦਾ ਖਤਰਾ ਹੋ ਗਿਆ ਵੀ ਤਾਂ ਹੁਣ ਨਾਲ ਮੇਰੀ ਵੀ ਜਾਨ ਜਾਊਗੀ, ਉਦੋਂ ਫਿਰ ਉਹਨੇ ਇਹਨੇ ਇਹੋ ਜਿਹੀਆਂ ਹਰਕਤਾਂ ਘੱਟ ਕੀਤੀਆਂ। ਤਾਂ ਉਸ ਤੋਂ ਬਾਅਦ ਇਹਨਾਂ ਨੇ ਦੂਜਾ ਸਿਸਟਮ ਚਲਾਇਆ ਕਿ ਗੁਰੂ ਪਿਤਾ ਜਿਹੜੇ ਕੇਸ ਸੀ ਉਹ ਤੇਜ਼ ਕਰ ਦਿੱਤੇ ਗਏ, ਤੇ ਇਸੇ ਕਰਕੇ ਇਹਨਾਂ ਨੇ ਫਿਰ ਸਰਕਾਰਾਂ ਨਾਲ ਮਿਲ ਕੇ ਤੇਜ਼ੀ ਨਾਲ ਗੁਰੂ ਪਿਤਾ ਜੀ ਨੂੰ ਜੇਲ੍ਹ ਭੇਜਿਆ। ਉਸ ਤੋਂ ਬਾਅਦ ਇਹਨਾਂ ਨੇ ਇਹ ਸਿਸਟਮ ਤੇਜ਼ ਕੀਤਾ, ਨਹੀਂ ਇਹਨਾਂ ਦੀ ਪਹਿਲਾਂ ਇਹ ਪੂਰੀ ਕੋਸ਼ਿਸ਼ ਸੀ ਗੁਰੂ ਪਿਤਾ ਜੀ ਨੂੰ ਖਤਮ ਕਰਨ ਦੀ। ਤਾਂ ਗੁਰੂ ਪਿਆਰੀ ਸਾਹਿਬ ਸੰਗਤ ਜੀ, ਜੋ ਕੁਝ ਡੇਰੇ ਦੇ ਵਿੱਚ ਹੁਣ ਹੋ ਰਿਹਾ ਨਾ ਤੇ ਜਾਂ ਪਹਿਲਾਂ ਹੋ ਰਿਹਾ, ਇਹਦੇ ਵਾਸਤੇ ਗੁਰੂ ਪਿਤਾ ਜੀ ਨੇ ਬਹੁਤ ਜ਼ਿਆਦਾ ਵਚਨ ਕਰ ਰੱਖਿਆ। ਸੰਤਾਂ ਕੋਲ 2 ਗੱਲਾਂ ਹੁੰਦੀਆਂ, ਇੱਕ ਤਾਂ ਉਹਨਾਂ ਕੋਲ ਹੁੰਦੀ ਹੈ ਰੂਹਾਨੀ ਦ੍ਰਿਸ਼ਟੀ, ਉਸ ਦ੍ਰਿਸ਼ਟੀ ਨਾਲ ਕਿਸੇ ਨੂੰ ਵੀ ਰਾਜੇ ਨੂੰ ਰੰਕ ਤੇ ਕਹਿੰਦੇ ਰੰਕ ਨੂੰ ਰਾਜਾ ਬਣਾ ਸਕਦੇ ਹੈ, ਔਰ ਦੂਸਰੇ ਹੁੰਦੇ ਆ ਵਚਨ। ਸੰਤ ਕਹਿੰਦੇ ਨਾ ਤਾਂ ਕਿਸੇ ਦੇ ਸੋਟੀ ਮਾਰਦੇ, ਨਾ ਡਾਂਗ ਮਾਰਦੇ, ਨਾ ਲੱਠ ਮਾਰਦੇ ਹੈ। ਸੰਤ ਕਹਿੰਦੇ ਕਦੇ ਕਿਸੇ ਦੀ ਲੱਤ ਨਹੀਂ ਮਾਰਦਾ, ਜਦੋਂ ਮਾਰਦਾ ਉਹਦੀ ਮੱਤ ਮਾਰਦਾ। ਇਹਨਾਂ ਦੀ ਮੱਤ ਇੰਨੀ ਕੁ ਮਾਰੀ ਗਈ ਉਹ ਆਪਾਂ ਹੁਣ ਦੇਖਦੇ ਹੀ ਹਾਂ ਕਿ ਜਿਹੜੀ ਇਹਨਾਂ ਦੀ ਮੱਤ ਮਾਰੀ ਹੋਈ ਹੈ ਤੇ ਕਿਵੇਂ ਗਲਤ ਹਰਕਤਾਂ ਕਰਦੇ ਹੈ, ਜਿਹੜੀਆਂ ਇਹ ਬੁਰਾਈਆਂ ਕਰਦੇ ਰਹੇ। ਗੁਰੂ ਪਿਤਾ ਜੀ ਦੇ ਇੰਨੇ ਜ਼ਿਆਦਾ ਵਚਨ ਹੈ, ਉਹ ਵਚਨ ਪੂਰੇ ਹੋਣੇ ਹੀ ਹੋਣੇ, ਇਹਨਾਂ ਤੇ ਲਾਗੂ ਹੋਣੇ ਹੀ ਹੋਣੇ ਹੈ। ਗੱਲ ਰਹੀ ਸਾਹ ਸੰਗਤ ਦੀ, ਜਿਹੜੀ ਸਾਹ ਸੰਗਤ ਅੱਜ ਹਨੀਪ੍ਰੀਤ ਨੂੰ ਇਸ ਸ਼ੈਤਾਨੀ ਔਰਤ ਨੂੰ ਗੁਰੂ ਮੰਨ ਕੇ ਬੈਠੀ ਹੈ ਨਾ, ਤੁਸੀਂ ਅੰਦਾਜ਼ਾ ਲਾਓ ਜੋ ਔਰਤ ਇੰਨਾ ਗੁਰੂ ਪਿਤਾ ਜੀ ਨੇ ਉਹਨੂੰ ਪਿਆਰ ਕੀਤਾ, ਜਿੰਨਾ ਗੁਰੂ ਪਿਤਾ ਜੀ ਨੇ ਪਿਆਰ ਤੇ ਸਤਿਕਾਰ ਦਿੱਤਾ ਨਾ ਇਸ ਔਰਤ ਨੂੰ, ਉਹਨਾਂ ਤੁਸੀਂ ਦੇ ਨਹੀਂ ਸਕਦੇ। ਤਾਂ ਫਿਰ ਵੀ ਕਿਵੇਂ ਉਹ ਗੁਰੂ ਪਿਤਾ ਜੀ ਨੂੰ ਬਾਰ ਬਾਰ ਜਾਨੋਂ ਮਾਰਨ ਦੀਆਂ ਮਤਲਬ ਉਹਨੇ ਕੋਸ਼ਿਸ਼ਾਂ ਕੀਤੀਆਂ, ਔਰ ਉਸ ਤੋਂ ਬਾਅਦ ਗੁਰੂ ਪਿਤਾ ਜੀ ਨੂੰ ਕਿਵੇਂ ਜੇਲ੍ਹ ਭੇਜਿਆ, ਤੇ ਕਿਵੇਂ ਉਸ ਤੋਂ ਬਾਅਦ ਨਕਲੀ ਜਿਹੜਾ ਬੰਦਾ ਲਿਆ ਕੇ ਗੁਰੂ ਪਿਤਾ ਜੀ ਦੀ ਜਗ੍ਹਾ ਤੇ ਬਿਠਾ ਕੇ, ਤੇ ਕਿਵੇਂ ਹੁਣ ਸਾਰੀ ਦੀ ਸਾਰੀ ਡੇਰੇ ਦੀ ਮਾਲਕ ਹੈ ਜਿਹੜੀ, ਜਾਂ ਇਹ ਕਹਿ ਲਓ ਵੀ ਸਿੱਧੇ ਤੌਰ ਤੇ ਗੁਰੂ ਦੀ ਜਗ੍ਹਾ ਲੈ ਕੇ ਬੈਠੀ ਹੋਈ ਹੈ, ਗੁਰੂ ਬਣੀ ਹੋਈ ਹੈ ਜਿਹੜੀ ਸਾਧ ਸੰਗਤ ਅੱਜ ਦੇ ਹੁਕਮ ਚ ਚੱਲ ਰਹੀ ਹੈ ਨਾ। ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਸਾਰੀ ਦੀ ਸਾਰੀ ਸਾਧ ਸੰਗਤ ਦੀ ਗੁਰੂ ਬਣ ਕੇ ਬੈਠ ਗਈ। ਤਾਂ ਜਿਹੜੀ ਔਰਤ ਆਪਣੇ ਉਸ ਬਾਪ ਦੀ ਨਹੀਂ ਬਣੀ, ਆਪਣੇ ਉਸ ਗੁਰੂ ਪਿਤਾ ਜੀ ਦੀ ਨਹੀਂ ਬਣੀ, ਤਾਂ ਤੁਹਾਡੀ ਕੀ ਬਣੂਗੀ? ਗੁਰੂ ਪਿਤਾ ਜੀ ਉਹ ਬਾਂਦਰੀ ਵਾਲੀ ਕਹਾਣੀ ਸੁਣਾਉਂਦੇ ਹੁੰਦੇ ਸੀ ਨਾ, ਵੀ ਬਾਂਦਰੀ ਹੁੰਦੀ ਸੀ ਇੱਕ, ਤੇ ਜਦੋਂ ਤਾਂ ਕਹਿੰਦੇ ਜਿੰਨਾ ਚਿਰ ਤਾਂ ਜਦੋਂ ਬਾਰਿਸ਼ ਹੋਈ ਪਹਿਲਾਂ ਤਾਂ ਉਹ ਬੱਚੇ ਨੂੰ ਉਹਨੇ ਰੱਖਿਆ, ਪਿਤਾ ਜੀ ਕਹਿੰਦੇ ਹੁੰਦੇ ਸੀ ਸਿਰ ਤੇ, ਤੇ ਜਦੋਂ ਉਹਨੇ ਦੇਖਿਆ ਨਾ ਵੀ ਪਾਣੀ ਉੱਪਰ 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 ਚੜ ਕੇ ਆ ਜਾਂਦਾ, ਜਦੋਂ ਉਹਦੇ ਗਲ ਤੱਕ ਪਹੁੰਚਿਆ ਕਹਿੰਦੇ ਬੱਚੇ ਨੂੰ ਉਹਨੇ ਪੈਰਾਂ ਥੱਲੇ ਲੈ ਲਿਆ ਸੀ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਇਹ ਹਨੀਪ੍ਰੀਤ ਇਸੇ ਤਰ੍ਹਾਂ ਹੀ ਕਰੂਗੀ,
ਜਦੋਂ ਇਹਨੂੰ ਲੱਗੂਗਾ ਨਾ ਵੀ ਹੁਣ ਮੇਰੇ ਵੱਲ ਖਤਰਾ ਵੱਧ ਰਿਹਾ ਤਾਂ ਸਭ ਤੋਂ ਪਹਿਲਾਂ ਇਹ ਸਾਧ ਸੰਗਤ ਨੂੰ ਹੀ ਆਪਦੇ ਪੈਰਾਂ ਥੱਲੇ ਲਊਗੀ। ਇਸੇ ਕਰਕੇ ਜਿੰਨਾ ਤੁਸੀਂ ਇਸ ਸ਼ੈਤਾਨੀ ਔਰਤ ਤੋਂ ਬਚ ਕੇ ਰਹਿ ਸਕਦੇ ਆ ਬਚ ਕੇ ਰਹੋ, ਆਪਣੇ ਬੱਚਿਆਂ ਨੂੰ ਬਚਾ ਕੇ ਰੱਖੋ। ਰਹੀ ਗੱਲ ਆਪਣੇ ਸਤਿਗੁਰ ਦੀ ਤਾਂ ਜਿਵੇਂ ਮੋਹਿਤ ਬੇਟਾ ਕਹਿ ਰਿਹਾ ਸੀ, ਆਪਣੇ ਗੁਰੂ ਪਿਤਾ ਜੀ ਦਾ ਫਿਕਰ ਕਰੋ, ਆਪਣੇ ਗੁਰੂ ਪਿਤਾ ਜੀ ਦੀ ਚਿੰਤਾ ਕਰੋ, ਉਹਨਾਂ ਦੀ ਤਲਾਸ਼ ਜਾਰੀ ਰੱਖੋ। ਤਲਾਸ਼ ਜਾਰੀ ਰੱਖਣ ਦਾ ਜੇ ਤੁਹਾਡੇ ਅੰਦਰ ਜਜ਼ਬਾ ਰਹੂਗਾ ਤੁਸੀਂ ਯਕੀਨ ਮੰਨੋ ਇੰਨਾ ਕੁ ਮਾਲਕ ਤੁਹਾਨੂੰ ਅੰਦਰੋਂ ਹੌਸਲਾ, ਜਿਵੇਂ ਜਿਵੇਂ ਆਪਣੇ ਗੁਰੂ ਦੀ ਤੁਸੀਂ ਤਲਾਸ਼ ਵਾਸਤੇ ਘਰੋਂ ਨਿਕਲੋਗੇ ਜਾਂ ਤਲਾਸ਼ ਕਰੋਗੇ ਜਾਂ ਅੰਦਰ ਜਿਵੇਂ ਜਿਵੇਂ ਤੁਹਾਡੇ ਗੁਰੂ ਦੀ ਚਿੰਤਾ ਤੁਹਾਡੇ ਅੰਦਰ ਵਧੂਗੀ ਤਾਂ ਯਕੀਨ ਮੰਨੋ ਤੁਹਾਡੀ ਜਿਹੜੀ ਭਗਤੀ ਹੈ ਅਵਲ ਦਰਜੇ ਦੀ ਭਗਤੀ ਹੈ ਮਨਜ਼ੂਰ ਹੋਊਗੀ ਤੇ ਇਹਦੀ ਤੁਹਾਨੂੰ ਅਲੱਗ ਖੁਸ਼ੀ ਤੇ ਅਲੱਗ ਅਲੱਗ ਜਿਹੜਾ ਅਲੌਕਿਕ ਅਹਿਸਾਸ ਵੀ ਜ਼ਰੂਰ ਹੋਊਗਾ। ਤਾਂ ਤੁਸੀਂ ਸਿਰਫ ਤੇ ਸਿਰਫ ਆਪਣੇ ਗੁਰੂ ਤੱਕ ਮਤਲਬ ਰੱਖੋ, ਆਪਣੇ ਗੁਰੂ ਦਾ ਸਿਮਰਨ ਕਰੋ, ਆਪਦੇ ਗੁਰੂ ਦੇ ਵਚਨਾਂ ਤੇ ਚੱਲੋ, ਆਪਦੇ ਗੁਰੂ ਦੇ ਹੁਕਮ ਚ ਰਹੋ। ਜੋ ਕੁਝ ਡੇਰੇ ਦੇ ਵਿੱਚ ਹੋ ਰਿਹਾ ਜਾਂ ਜੋ ਕੁਝ ਹਨੀਪ੍ਰੀਤ ਗੁਰੂ ਬਣ ਕੇ ਕਰ ਰਹੀ ਹੈ ਉਹਦੇ ਵੱਲ ਧਿਆਨ ਦੇਣ ਦੀ ਲੋੜ ਨਹੀਂ। ਹਾਂ, ਜਿੰਨਾ ਕੁ ਤੁਸੀਂ ਤੁਹਾਡੇ ਕੋਈ ਰਿਸ਼ਤੇਦਾਰ ਤੁਹਾਡਾ ਕੀ ਆਂਢ ਗੁਆਂਢ, ਗੁਰੂ ਪਿਤਾ ਜੀ ਨੇ ਜਿਵੇਂ ਵਚਨ ਕੀਤੇ ਸੀ ਇੱਕ ਵਾਰੀ ਸੇਵਾਦਾਰਾਂ ਦੀ ਮੀਟਿੰਗ 'ਚ, ਮੈਂ ਪਹਿਲਾਂ ਵੀ ਦੱਸੇ ਸੀ ਵੀ ਕਈ ਵਾਰੀ ਕੋਈ ਸੇਵਾਦਾਰ ਜਾਂ ਜ਼ਿੰਮੇਵਾਰ ਇਹੋ ਜਿਹੇ ਕੰਮ ਕਰਨ ਵਾਸਤੇ ਕਹਿ ਦਿੰਦਾ ਸਾਡਾ ਮਨ ਨਹੀਂ ਕਰਦਾ ਤਾਂ ਪਿਤਾ ਜੀ ਨੇ ਕਿਹਾ ਸੀ ਬੇਟਾ ਉਹਨਾਂ ਨੂੰ ਸਮਝਾਓ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਤਾਂ ਕਹਿੰਦੇ ਤੁਹਾਡੀ ਇਹ ਸੇਵਾ ਬਣਦੀ ਹੈ। ਜੇ ਨਹੀਂ ਸਮਝਦਾ ਤਾਂ ਉਹਦੀ ਮਰਜ਼ੀ, ਉਹ ਜਾਣੇ ਦਾ ਸਤਿਗੁਰ ਦਾ ਜਾਣ ਇਹ ਕੰਮ ਜਾਣੇ, ਪਰ ਤੁਸੀਂ ਉਹਦੇ ਮਗਰ ਨਹੀਂ ਲੱਗਣਾ। ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਤੁਸੀਂ ਕੋਸ਼ਿਸ਼ ਜ਼ਰੂਰ ਕਰੋ, ਜਿਵੇਂ ਕ੍ਰਿਸ਼ਨ ਨੇ ਕੋਸ਼ਿਸ਼ ਕੀਤੀ ਸੀ ਨਾ ਬਾਰ ਬਾਰ ਦੁਰਯੋਧਨ ਨੂੰ ਸਮਝਾਉਣ ਦੀ, ਅਖੀਰ ਇਹੀ ਕਹਿਤਾ ਸੀ ਚੱਲ ਵੀ ਪਾਂਡਵਾਂ ਨੂੰ 5 ਪਿੰਡ ਹੀ ਦੇ ਦੇ, ਤਾਂ ਉਹਨੇ ਮਹਾਭਾਰਤ ਨੂੰ ਟਾਲਣ ਦੀ ਬਾਰ ਬਾਰ ਕੋਸ਼ਿਸ਼ ਕੀਤੀ ਸੀ ਆਪਦੇ ਵੱਲੋਂ, ਉਹ ਠੀਕ ਹੈ ਵੀ ਨਹੀਂ ਟਲੀ। ਤਾਂ ਤੁਸੀਂ ਵੀ ਬਾਰ ਬਾਰ ਜ਼ਰੂਰ, ਤੁਹਾਡੇ ਕੋਈ ਰਿਸ਼ਤੇਦਾਰ ਆ, ਕੋਈ ਭੈਣ ਭਰਾ ਹੈ ਜਾਂ ਕੋਈ ਆਂਢੀ ਗੁਆਂਢੀ ਹੈ, ਸਾਧ ਸੰਗਤ ਭੋਲੀ ਹੈ, ਜਿਹੜੀ ਭੋਲੀ ਸਾਧ ਸੰਗਤ ਹੈ ਜਿਹੜੀ ਤਾਂ ਚਤਰ ਚਲਾਕ ਉਹਨਾਂ ਨੂੰ ਛੱਡ ਦਿਓ, ਉਹਨਾਂ ਨੂੰ ਜਾਂ ਜ਼ਿੰਮੇਵਾਰ ਉਹਨਾਂ ਨੂੰ ਸਮਝਾਉਣ ਦੀ ਕੋਈ ਜ਼ਰੂਰਤ ਨਹੀਂ। ਪਰ ਹਾਂ, ਜੋ ਸਾਧ ਸੰਗਤ ਵਿਚਾਰੀ ਭੋਲੀ ਹੈ ਉਹਨੂੰ ਸੰਗਤ ਨੂੰ ਜ਼ਰੂਰ ਸੱਚਾਈ ਦੱਸਦੇ ਰਹੋ, ਤੁਸੀਂ ਆਪਦਾ ਕਰਮ ਕਰਦੇ ਰਹੋ, ਤੁਸੀਂ ਸੱਚ ਆ ਜਿਹੜਾ ਉਹ ਦੱਸਦੇ ਰਹੋ, ਅਗੋ ਮੰਨਣਾ ਜਾਂ ਨਾ ਮੰਨਣਾ ਉਹਨਾਂ ਦੀ ਮਰਜ਼ੀ ਹੈ। ਅਸੀਂ ਸਿਰਫ ਤੇ ਸਿਰਫ ਆਪਣੇ ਗੁਰੂ ਪਿਤਾ ਦੀ ਤਲਾਸ਼ ਜਾਰੀ ਰੱਖਣੀ ਹੈ, ਅਸੀਂ ਸਿਰਫ ਤੇ ਸਿਰਫ ਆਪਣੇ ਗੁਰੂ ਪਿਤਾ ਜੀ ਦਾ ਜ਼ਿਕਰ ਕਰਨਾ, ਸਿਰਫ ਤੇ ਸਿਰਫ ਆਪਣੇ ਗੁਰੂ ਪਿਤਾ ਜੀ ਦਾ ਫਿਕਰ ਕਰਨਾ, ਇਹੀ ਸਾਡੀ ਉੱਤਮ ਬੰਦਗੀ ਹੈ ਤੇ ਇਹੀ ਸਾਡੀ ਉੱਤਮ ਭਗਤੀ ਹੈ। ਧੰਨ ਧੰਨ ਸਤਿਗੁਰੂ, ਤੇਰਾ ਹੀ ਆਸਰਾ। ਕਿ ਸਤਿਗੁਰ ਦਾ ਫਿਕਰ ਤੇ ਸਤਿਗੁਰ ਦਾ ਜ਼ਿਕਰ ਸਭ ਤੋਂ ਉੱਤਮ ਸਿਮਰਨ ਹੈ। ਇਹਦਾ ਮਤਲਬ ਸਾਫ ਹੈ ਕਿ ਸਿਮਰਨ ਦੀਆਂ ਸਾਡੇ ਸਾਹਮਣੇ ਉਹਨਾਂ ਨੇ ਕਿਸਮਾਂ ਰੱਖ ਤੀਆਂ ਤੇ ਸਭ ਤੋਂ ਉੱਤਮ